ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸਤਿਕਾਰੀ ਯਾਦ ਵਿੱਚ ਜੁੜੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਿਤਾਬ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਵੀ ਕਿਤਾਬ ਇਹ ਮੈਂ ਕਿਉਂ ਲਿਖੀ ਜਾਂ ਇਹਦੇ ਵਿੱਚ ਹੈ ਕੀ। ਬਾਬਾ ਸੋਹਣ ਸਿੰਘ ਭਾਕਣਾ ਦਾ ਸ਼ਾਇਦ ਤੁਸੀਂ ਸਾਰਿਆਂ ਨੇ ਨਾਂ ਸੁਣਿਆ ਹੋਣਾ ਜਿਹਨੇ ਵੀ ਕਰਤਾਰ ਸਿੰਘ ਸਰਾਭਾ ਬਾਰੇ ਕੁਛ ਪੜ੍ਹਿਆ ਹੋਵੇ, ਕਿਉਂਕਿ ਜਿਸ ਪਾਰਟੀ ਦਾ ਆਗੂ ਕਰਤਾਰ ਸਿੰਘ ਸਰਾਭਾ ਸੀ ਉਸ ਪਾਰਟੀ ਦਾ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਾਕਣਾ ਸੀ, ਜਿਹੜਾ ਉਮਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲੋਂ ਦੁੱਗਣੀ ਤੋਂ ਵੀ ਵੱਧ ਉਮਰ ਦਾ ਸੀ, ਉਹਦੇ ਬਾਪ ਵਰਗਾ ਹੀ ਸੀ। ਸੋ ਪਾਰਟੀ ਬਣਾਉਣ ਦੇ ਵਿੱਚ ਜੇ ਕਿਸੇ ਨੇ ਸਭ ਤੋਂ ਵੱਧ ਹਿੱਸਾ ਪਾਇਆ ਤਾਂ ਉਹ ਬਾਬਾ ਸੋਹਣ ਸਿੰਘ ਭਾਕਣਾ ਸੀ, ਬਾਨੀ ਪ੍ਰਧਾਨ। ਪਰ ਜਦੋਂ ਭਾਰਤ ਵਿੱਚ ਦਾਖਲ ਹੋਣ ਲੱਗਿਆ ਉਹ ਕਲਕੱਤੇ ਬੰਦਰਗਾਹ ਤੋਂ ਹੀ ਗ੍ਰਿਫਤਾਰ ਕਰ ਲਿਆ, ਉੱਥੋਂ ਗ੍ਰਿਫਤਾਰ ਕਰਕੇ ਲੁਧਿਆਣੇ ਲਿਆਂਦਾ, ਕੁਛ ਚਿਰ ਇੱਥੇ ਰੱਖਿਆ, ਬਾਅਦ ਦੇ ਵਿੱਚ ਉਹਨੂੰ ਕਾਲੇ ਪਾਣੀ ਦੀ ਸਜ਼ਾ ਦੇ ਕੇ ਉਮਰ ਕੈਦ ਦੀ ਅੰਡੇਮਾਨ ਨਿਕੋਬਾਰ ਉੱਥੇ ਭੇਜਤਾ। ਸੋ ਬਹੁਤ ਲੰਮਾ ਸਿਰ ਉਹਨਾਂ ਨੇ ਆਪਣੀ ਉਮਰ ਜਿਹੜੀ ਹੈ ਉਹ ਜੇਲ੍ਹਾਂ ਦੇ ਵਿੱਚ ਹੀ ਗੁਜ਼ਾਰੀ। ਜੇਲ੍ਹਾਂ ਦੇ ਵਿੱਚ ਵੀ ਉਸ ਮੌਕੇ ਦੇ ਉੱਤੇ ਬਹੁਤ ਸਖਤ ਹਾਲਤਾਂ ਸੀ, ਵਾਰ ਵਾਰ ਭੁੱਖ ਹੜਤਾਲਾਂ ਕਰਨੀਆਂ ਪਈਆਂ। ਫਿਰ ਰਿਹਾ ਹੋਏ ਮੇਰੀ ਉਹਨਾਂ ਨਾਲ ਮੁਲਾਕਾਤ ਪਹਿਲੀ ਵਾਰ 1967 ਦੇ ਵਿੱਚ ਹੋਈ ਸੀ, ਉਦੋਂ ਉਹ 90 ਸਾਲਾਂ ਦੇ ਸੀ। ਮੈਂ ਉਦੋਂ ਪਹਿਲੇ ਸਾਲ ਦੇ ਵਿੱਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਪੜ੍ਹਦਾ ਸੀ, ਇੱਥੇ ਵਿਸ਼ਵਕਰਮਾ ਸਕੂਲ ਹੁੰਦਾ ਸੀ, ਉਹਦੇ ਵਿੱਚ ਬੁਲਾਇਆ ਅਤੇ ਉਹਨਾਂ ਦਾ ਅਸੀਂ ਸਮਾਗਮ ਕੀਤਾ। ਉੱਥੇ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਬਾਬਾ ਜੀ, ਜਿਸ ਆਜ਼ਾਦੀ ਵਾਸਤੇ ਤੁਸੀਂ ਲੜੇ ਸੀ, ਕੀ ਤੁਸੀਂ ਸਮਝਦੇ ਹੋ ਕਿ ਉਹ ਆਜ਼ਾਦੀ ਆ ਗਈ? ਤਾਂ ਬਾਬਾ ਜੀ ਨੇ ਜੋ ਜਵਾਬ ਦਿੱਤਾ ਉਹਨੇ ਸਾਨੂੰ ਸਾਰਿਆਂ ਨੂੰ ਝੰਜੋੜ ਕੇ ਰੱਖਤਾ, ਕਿਉਂਕਿ ਉਸ ਵੇਲੇ ਬਾਬਾ ਜੀ ਦੀ ਜਿਹੜੀ ਕਮਰ ਸੀ ਉਹ ਬਿਲਕੁਲ ਝੁਕ ਚੁੱਕੀ ਸੀ, ਜਿਵੇਂ 90 ਡਿਗਰੀ ਦੇ ਕੋਣ 'ਤੇ ਬੜੀ ਮੁਸ਼ਕਲ ਨਾਲ ਤੁਰਦੇ ਸੀਗੇ, ਬਿਲਕੁਲ ਦੂਰੀ ਹੋ ਗਈ ਸੀ। ਉਹ ਕਹਿੰਦਾ ਵੀ ਜਿਹੜੀ ਮੇਰੀ ਆ ਕਮਰ ਦੂਰੀ ਹੋਈ ਹੈ ਨਾ, ਇਹ ਅੰਗਰੇਜ਼ਾਂ ਦੇ ਜ਼ੁਲਮਾਂ ਕਰਕੇ ਨਹੀਂ, ਇਹ ਆਜ਼ਾਦ ਭਾਰਤ ਦੇ ਵਿੱਚ ਹੋਈ ਹੈ। ਵੀ ਵਾਰ ਵਾਰ ਮੈਂ ਜੇਲ੍ਹਾਂ 'ਚ ਗਿਆ, ਵਾਰ ਵਾਰ ਭੁੱਖ ਹੜਤਾਲਾਂ ਹੋਈਆਂ ਅਤੇ ਵਾਰ ਵਾਰ ਤਸ਼ੱਦਦ ਹੋਇਆ। ਸੋ ਇਸ ਆਜ਼ਾਦੀ ਵਾਸਤੇ ਅਸੀਂ ਨਹੀਂ ਸੀ ਲੜੇ, ਸਾਡਾ ਆਜ਼ਾਦੀ ਦਾ ਸੁਪਨਾ ਅਤੇ ਸੰਕਲਪ ਹੋਰ ਸੀ। ਸੋ ਜਦੋਂ ਅਸੀਂ ਉਹ ਗੱਲ ਉਹਦੀ ਸੁਣੀ ਕਿ ਜੇ ਉਹ ਆਜ਼ਾਦੀ ਅਜੇ ਨਹੀਂ ਆਈ ਤਾਂ ਫਿਰ ਜਿਹਦੇ ਅੰਦਰ ਵੀ ਕੋਈ ਜਵਾਨੀ ਹੈ ਜਾਂ ਜੋਸ਼ ਹੈ ਜਾਂ ਖੂਨ ਹੈ ਤਾਂ ਫਿਰ ਕੁਛ ਕਰੀਏ। ਸੋ ਉਹਨਾਂ ਦੇ ਉਹ ਬੋਲਾਂ ਨੇ ਸਾਨੂੰ ਉਤੇਜਿਤ ਕੀਤਾ, ਚਲੋ ਅੱਗੇ ਫਿਰ ਸਫ਼ਰ ਸ਼ੁਰੂ ਹੋਇਆ। ਸੋ ਬਾਬਾ ਸੋਹਣ ਸਿੰਘ ਭਾਕਣਾ ਨੇ ਉਮਰ ਦੇ ਬਹੁਤ ਅਖੀਰ ਦੇ ਵਿੱਚ ਜਾ ਕੇ ਕੁਛ ਸ਼ਬਦ ਲਿਖੇ, ਮੈਂ ਤੁਹਾਡੇ ਨਾਲ ਉਹ ਸਾਂਝੇ ਕਰਦਾ। ਇੱਕ ਪਹਿਰੇ ਜਾਂ ਛੋਟਾ ਜਿਹਾ ਧਿਆਨ ਨਾਲ ਸੁਣਿਓ ਉਹਦਾ ਇੱਕ ਇੱਕ ਸ਼ਬਦ, ਉਹਦੇ ਵਿੱਚੋਂ ਤੁਹਾਨੂੰ ਸਾਰੀ ਸਮੱਸਿਆ ਕਿ ਕਿਤਾਬ ਕਿਉਂ ਲਿਖਣੀ ਪਈ ਅਤੇ ਇਸ ਲਹਿਰ ਨਾਲ ਅਤੇ ਇਹਦੇ ਇਤਿਹਾਸ ਨਾਲ ਕੀ ਵਾਪਰਿਆ ਇਹ ਗੱਲ ਸਾਫ਼ ਹੋ ਜਾਏਗੀ। ਬਾਬਾ ਸੋਹਣ ਸਿੰਘ ਭਾਕਣਾ ਲਿਖਦੇ ਨੇ, ਕਈ ਲਿਖਾਰੀਆਂ ਨੇ ਬੇਸਮਝੀ ਜਾਂ ਕਿਸੇ ਗੈਰ ਜਮਹੂਰੀ ਸਿਆਸੀ ਅਸਰ ਹੇਠ ਆ ਕੇ ਗਦਰ ਪਾਰਟੀ ਦੀ ਜਮਹੂਰੀਅਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਅੰਗਰੇਜ਼ਾਂ ਦੇ ਏਜੰਟਾਂ ਦਾ ਇਹ ਪ੍ਰਚਾਰ ਸੀ ਕਿ ਗਦਰ ਪਾਰਟੀ ਲਾਲਾ ਹਰਦਿਆਰ ਨੇ ਖੜ੍ਹੀ ਕੀਤੀ ਹੈ, ਨਹੀਂ ਤਾਂ ਇਹ ਪੰਜਾਬੀਆਂ ਦਾ ਅਨਪੜ੍ਹ ਟੋਲਾ ਹੀ ਹੈ। ਸਕੂਲਾਂ ਵਿੱਚ ਨਵੀਆਂ ਲੱਗੀਆਂ ਕਿਤਾਬਾਂ ਵਿੱਚ ਅੰਗਰੇਜ਼ਾਂ ਦੇ ਪ੍ਰਚਾਰ ਦੇ ਪੱਖ ਵਿੱਚ ਅਤੇ ਗਦਰ ਪਾਰਟੀ ਦੀ ਜਮਹੂਰੀ ਲਾਈਨ ਨੂੰ ਇਤਿਹਾਸ ਵਿੱਚੋਂ ਨਬੂਦ ਕਰਨ ਖਾਤਰ ਹਕੂਮਤ ਨੇ ਵੀ ਪਾਲਸੀ ਇਖਤਿਆਰ ਕਰ ਲਈ ਹੈ। ਆਜ਼ਾਦ ਦੇਸ਼ ਦੇ ਵਿੱਚ ਹਕੂਮਤ ਨੇ ਪਾਲਸੀ ਇਖਤਿਆਰ ਕਰ ਲਈ, ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਸਾਰੇ ਲਿਖਾਰੀ ਲੋਕਾਂ ਸਾਹਮਣੇ ਸ਼ਰਮਿੰਦਾ ਹੋਣਗੇ ਅਤੇ ਜਾਗੀ ਹੋਈ ਕੌਮ ਅਤੇ ਦੇਸ਼ ਆਪਣੀ ਇਨਕਲਾਬੀ ਤਰੀਖ ਨੂੰ ਸੱਚੇ ਅਰਥਾਂ ਵਿੱਚ ਜਨਤਾ ਦੇ ਸਾਹਮਣੇ ਲਿਆਉਣ। ਸੋ
ਬਾਬਾ ਜੀ ਨੇ ਜਦੋਂ ਇਹ ਲਿਖਿਆ ਸੀ ਕਿ ਉਹ ਦਿਨ ਦੂਰ ਨਹੀਂ ਜਦੋਂ ਲਿਖਾਰੀ ਜਿਨ੍ਹਾਂ ਨੇ ਉਸ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸ਼ਰਮਿੰਦਾ ਹੋਣਗੇ। ਉਹ ਬਹੁਤ ਵਕਫਾ ਲੰਘਿਆ, ਤਕਰੀਬਨ 60 ਸਾਲ ਕਿਤਾਬਾਂ ਛਪੀ ਗਈਆਂ, ਗੱਲਾਂ ਹੋਈ ਗਈਆਂ ਗਦਰ ਪਾਰਟੀ ਬਾਰੇ ਵੀ, ਸ਼ਹੀਦ ਸਰਾਭਾ ਬਾਰੇ ਵੀ, ਪਰ ਜੋ ਬਾਬਾ ਸੋਹਣ ਸਿੰਘ ਭਾਕਣਾ ਕਹਿ ਕੇ ਗਏ ਨੇ ਕਿ ਇਸ ਦੇ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ, ਉਹਨੂੰ ਠੀਕ ਕਰਨ ਦਾ ਯਤਨ ਵੱਜਵੇਂ ਰੂਪ 'ਚ ਨਾ ਹੋਇਆ। ਆ ਜਿਹੜਾ ਨੌਜਵਾਨ ਸਭ ਤੋਂ ਪਹਿਲਾਂ ਇੱਥੇ ਕਰਤਾਰ ਸਿੰਘ ਸਰਾਭਾ ਬਾਰੇ ਬੋਲ ਕੇ ਗਿਆ, ਉਹ ਤਾਂ ਆਪਣੇ ਜਣੇ ਬੜੀ ਇਮਾਨਦਾਰੀ ਨਾਲ ਠੀਕ ਭਾਵਨਾ 'ਚੋਂ ਜੋ ਪੜ੍ਹਿਆ ਜੋ ਸੁਣਿਆ ਉਹ ਬੋਲਿਆ। ਉਹ ਜਦੋਂ ਬੋਲ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ ਕਿੱਡੀ ਤਾਕਤ ਹੁੰਦੀ ਹੈ ਹਕੂਮਤ ਦੇ ਹੱਥ ਦੇ ਵਿੱਚ, ਕਿ ਜੋ ਕਿਤਾਬਾਂ ਛਪਾਤੀਆਂ, ਜੋ ਪ੍ਰਚਾਰਤੀਆਂ, ਜੋ ਸਕੂਲਾਂ ਕੋਲ ਪਹੁੰਚਾਤੀਆਂ, ਉਹ ਕਿਵੇਂ ਨੌਜਵਾਨਾਂ ਦੇ ਅਤੇ ਬੱਚਿਆਂ ਦੇ ਮਨ 'ਤੇ ਜਕੜ ਕਾਇਮ ਕਰ ਲੈਂਦੀਆਂ। ਫਿਰ ਕੁਛ ਕਰਨ ਦੀ ਲੋੜ ਨਹੀਂ, ਆਪਣੇ ਆਪ ਉਹ ਬੋਲੀ ਬੋਲੀ ਜਾਣਗੇ, ਇੱਕ ਬੋਲੂ 100 ਸੁਣਨਗੇ, ਉਹ ਗਾਹਾਂ ਹੋਰ ਦੱਸਣਗੇ। ਸੋ ਗਲਤ ਗੱਲਾਂ ਪ੍ਰਾਪੇਗੇਟ ਕਿਵੇਂ ਹੁੰਦੀਆਂ ਇੱਕ ਬੜੇ ਔਰਗੇਨਾਈਜ਼ਡ ਰੂਪ ਦੇ ਵਿੱਚ, ਅਤੇ ਠੀਕ ਗੱਲ ਜਿਹੜੀ ਕਰਨ ਵਾਲਾ ਹੋਊ ਉਹਦੇ ਕੋਲ ਬੜੇ ਸੀਮਤ ਜਿਹੇ ਸਾਧਨ ਹੋਣਗੇ, ਉਹਦੀ ਗੱਲ ਨੂੰ ਦਬਾਉਣ ਦੀ ਅਤੇ ਰੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਮੈਂ ਜਦੋਂ ਪਹਿਲੀ ਕਿਤਾਬ ਲਿਖੀ ਸੀਗੀ ਗਦਰੀ ਬਾਬੇ ਕੌਣ ਸਨ, ਉਹ ਲਿਖਦਿਆਂ ਹੀ ਮੈਨੂੰ ਇਹ ਮਹਿਸੂਸ ਹੋਇਆ ਜਦੋਂ ਇਤਿਹਾਸ 'ਚੋਂ ਕੁਛ ਪੜ੍ਹਿਆ ਕਿ ਕਰਤਾਰ ਸਿੰਘ ਸਰਾਭਾ ਬਾਕੀ ਸੰਗਰਾਮੀਆਂ ਵਰਗੇ ਇੱਕ ਸੰਗਰਾਮੀਆਂ ਨਹੀਂ ਸੀ। ਲਹਿਰਾਂ ਦੇ ਵਿੱਚ ਬਹੁਤ ਲੋਕ ਆਉਂਦੇ ਨੇ, ਬਹੁਤ ਜੁਝਾਰੂ ਆਉਂਦੇ ਆ, ਯੋਧੇ ਆਉਂਦੇ ਆ, ਸ਼ਹੀਦ ਹੁੰਦੇ ਆ, ਸਾਰਿਆਂ ਪ੍ਰਤੀ ਸਤਿਕਾਰ, ਸਾਰੇ ਸਾਡੇ ਸਤਿਕਾਰ ਦੇ ਪਾਤਰ ਆ ਜਾਂ ਹੱਕਦਾਰ ਹੈ, ਪਰ ਫਿਰ ਵੀ ਪਰਮਾਤਮਾ ਨੇ, ਵਾਹਿਗੁਰੂ ਨੇ ਕਈਆਂ ਨੂੰ ਕੋਈ ਖਾਸ ਬਖਸ਼ਿਸ਼ ਕੀਤੀ ਹੁੰਦੀ ਹੈ। ਹਰ ਬੰਦਾ ਇੱਕ ਦੂਜੇ ਦੇ ਬਰਾਬਰ ਨਹੀਂ ਹੁੰਦਾ, ਕਿਸੇ ਨੂੰ ਕੋਈ ਗੁਣ ਦਿੱਤਾ, ਕਿਸੇ ਨੂੰ ਕੋਈ ਗੁਣ ਦਿੱਤਾ। ਸੋ ਵੱਜਵੀਂ ਕਰਤਾਰ ਸਿੰਘ ਸਰਾਭਾ ਬਾਰੇ ਕੋਈ ਗੱਲ ਨਹੀਂ ਸੀ, ਖਿੰਡਵੀਆਂ ਜਿਹੀਆਂ ਗੱਲਾਂ ਪੜ੍ਹੀਆਂ ਨਾਲ ਦੇ ਬੰਦਿਆਂ ਦੀਆਂ, ਕਿਸੇ ਨੇ ਇੱਕ ਲਾਈਨ ਲਿਖਤੀ, ਕਿਸੇ ਨੇ 4 ਲਾਈਨਾਂ ਲਿਖਤੀਆਂ, ਮੈਨੂੰ ਉਹਦੇ ਵਿੱਚੋਂ ਇਹ ਪ੍ਰਭਾਵ ਬਣਿਆ ਕਿ ਕਰਤਾਰ ਸਿੰਘ ਸਰਾਭਾ ਇੱਕ ਬਹੁਤ ਹੀ ਲਸਾਨੀ ਕਿਸਮ ਦਾ ਬੰਦਾ ਸੀ। ਉਹ ਜਿਹੜੇ ਜਿਨ੍ਹਾਂ ਬਾਰੇ ਅਸੀਂ ਆਮ ਸੁਣ ਲੈਂਦੇ ਹਾਂ ਉਹ ਵੀ ਸ਼ਹੀਦ ਹੋਇਆ, ਉਹਨੇ ਵੀ ਕੰਮ ਕੀਤਾ, ਉਹ ਉਸ ਤਰ੍ਹਾਂ ਦਾ ਨਹੀਂ ਸੀ, ਉਹਦੇ 'ਚ ਕੋਈ ਖਾਸ ਗੱਲ ਸੀ ਇਹੀ ਜੀ, ਅਤੇ ਉਹ ਗੱਲ ਫੜਨ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਮੈਂ ਬਾਕੀ ਕੰਮ ਛੱਡ ਕੇ ਆਪਦਾ ਇਹ ਕੰਮ ਸ਼ੁਰੂ ਕੀਤਾ ਅੱਜ ਤੋਂ 1.5 ਸਾਲ ਪਹਿਲਾਂ, ਇਹ ਸੋਚ ਕੇ ਕਿ 2 ਕੁ ਮਹੀਨਿਆਂ 'ਚ ਇਹ ਜੀਵਨੀ ਲਿਖ ਕੇ ਉਹਦਾ ਜੋ ਸ਼ਤਾਬਦੀ ਹੈ, ਸ਼ਹੀਦੀ ਸ਼ਤਾਬਦੀ ਨਵੰਬਰ 2015 ਦੇ ਵਿੱਚ ਵੀ ਉਦੋਂ ਜਾਰੀ ਕਰ ਦਿਆਂਗੇ। ਪਰ ਜਦੋਂ ਮੈਂ ਪੜ੍ਹਨ ਲੱਗਿਆ, ਤੱਥ ਦੇਖਣ ਲੱਗਿਆ, ਉਹਨਾਂ ਦੀ ਘੋਖ ਕਰਨ ਲੱਗਿਆ, ਤਾਂ ਇਹ ਲੱਗਿਆ ਕਿ ਕਰਤਾਰ ਸਿੰਘ ਸਰਾਭਾ ਦੇ ਨਾਲ ਦੇ ਬੰਦੇ ਕੋਈ ਇੱਕ ਗੱਲ ਲਿਖ ਰਿਹਾ, ਕੋਈ ਉਹਦੇ ਉਲਟ ਲਿਖ ਰਿਹਾ ਤੱਥਾਂ ਦੇ ਮਾਮਲੇ 'ਚ। ਹੁਣ ਨਾਲ ਕੰਮ ਕੀਤਾ ਬੰਦਿਆਂ ਨੇ ਉਹੀ ਸਰਾਭੇ ਬਾਰੇ ਲਿਖ ਰਹੇ, ਉੱਥੇ ਹੀ ਜੋ ਕੁਛ ਤੱਥ ਨੇ ਉਹ ਇੱਕ ਦੂਜੇ ਨਾਲ ਟਕਰਾਈ ਤੁਰੇ ਜਾਂਦੇ ਆ ਵੀ ਸਹੀ ਗੱਲ ਕੀ ਸੀ, ਇਹ ਕਿਵੇਂ ਲੱਭੀ ਜਾਵੇ। ਬੜਾ ਔਖਾ ਹੁੰਦਾ 100 ਸਾਲਾਂ ਬਾਅਦ ਜਾ ਕੇ। ਸੋ ਫਿਰ ਮੈਂ ਕਰ ਲਿਆ, ਮੈਂ ਕਿਹਾ ਵੀ ਨਹੀਂ, ਜਿੰਨਾ ਚਿਰ ਮੇਰੀ ਆਪਦੀ ਤਸੱਲੀ ਨਹੀਂ ਹੁੰਦੀ, ਐਵੇਂ ਇੱਕ ਹਾਜ਼ਰੀ ਲਵਾਉਣ ਵਾਸਤੇ, ਲਿਖਣ ਵਾਸਤੇ ਕਿਤਾਬ ਨਹੀਂ ਲਿਖਣੀ, ਅਤੇ ਜੇ ਤਸੱਲੀ ਨਹੀਂ ਹੋਊ ਤਾਂ ਨਹੀਂ ਲਿਖਾਂਗੇ, ਕੋਈ ਗੱਲ ਨਹੀਂ। ਸੋ ਮੈਂ ਲੱਗਿਆ ਰਿਹਾ ਇਸ ਗੱਲ 'ਤੇ, ਲੱਗਿਆ ਰਿਹਾ, ਕੁਛ ਗੱਲਾਂ ਲੱਭਣ ਦੀ ਕੋਸ਼ਿਸ਼ ਕੀਤੀ, ਠੀਕ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਕੀਤਾ ਜਾਵੇ। ਹੁਣ ਜਿਵੇਂ ਅਰਜਿੰਦਰ ਸਿੰਘ ਜਿਹੜਾ ਪਹਿਲਾਂ ਨੌਜਵਾਨ ਬੋਲ ਕੇ ਗਿਆ, ਉਹਨੇ ਮਤਲਬ ਇਹ ਗੱਲ ਲਿਆਂਦੀ ਕਿ 2 ਸਾਲ ਉਹਨੇ 9ਵੀਂ ਅਤੇ 10ਵੀਂ ਉੜੀਸਾ ਦੇ ਵਿੱਚ ਜਾ ਕੇ ਪੜ੍ਹਿਆ, ਅਤੇ ਉੜੀਸਾ ਦੇ ਵਿੱਚ ਕਿਉਂਕਿ ਰਾਜਸੀ ਜਾਗਰਤੀ ਪਹਿਲਾਂ ਆ ਗਈ ਸੀ, ਇਸ ਕਰਕੇ ਉੱਥੋਂ ਉਹਨੂੰ ਰਾਜਸੀ ਜਾਗ ਲੱਗ ਗਈ। ਹੁਣ ਜਦੋਂ ਮੈਂ ਸਾਰਾ ਘੋਖਿਆ, ਇਹ ਬਿਲਕੁਲ ਹੀ ਝੂਠ ਗੱਲ। ਬੰਗਾਲੀਆਂ ਦੀ ਰਾਜਸੀ ਜਾਗਰਤੀ ਕੀ ਸੀ, ਸਰਾਭੇ ਦੀ ਰਾਜਸੀ ਜਾਗਰਤੀ ਕੀ ਸੀ,
ਉਹਨਾਂ ਨੂੰ ਜਾਗ ਕਿੱਥੋਂ ਲੱਗੀ, ਇਹਨੂੰ ਜਾਗ ਕਿੱਥੋਂ ਲੱਗੀ, ਬੜਾ ਫਰਕ ਹੈ। ਉਹਨਾਂ ਦਾ ਆਜ਼ਾਦੀ ਦਾ ਸੁਪਨਾ ਸੰਕਲਪ ਕੀ ਸੀ, ਸਰਾਭੇ ਦਾ, ਬਾਬੇ ਭਾਕਣੇ ਦਾ, ਗਾਦਰੀ ਸੰਗਰਾਮੀਆਂ ਦਾ ਕੀ ਸੀ, ਬਹੁਤ ਫਰਕ ਹੈ। ਛੋਟੀ ਜਿਹੀ ਉਦਾਹਰਣ ਆਪਾਂ ਸਮਝੀਏ ਵੀ ਇੱਥੋਂ ਤੁਸੀਂ ਲੁਧਿਆਣੇ ਦੀ ਬੱਸ ਫੜਦੇ ਹੋ, ਸਰਾਭੇ ਤੋਂ ਸਾਰੀਆਂ ਸਵਾਰੀਆਂ ਲੁਧਿਆਣੇ ਦੀਆਂ ਹੁੰਦੀਆਂ ਉਸ ਬੱਸ ਦੇ ਵਿੱਚ, ਪਰ ਲੁਧਿਆਣੇ ਜਾ ਕੇ ਕਈਆਂ ਦੀ ਮੰਜ਼ਿਲ ਲੁਧਿਆਣਾ ਹੀ ਹੁੰਦੀ ਹੈ, ਕਈਆਂ ਦਾ ਸਫ਼ਰ ਉਦੋਂ ਬਹੁਤ ਅੱਗੇ ਵੀ ਹੁੰਦਾ, ਪਰ ਲੱਗੂ ਇਹ ਕਿ ਆ ਸਾਰੀਆਂ ਸਵਾਰੀਆਂ ਲੁਧਿਆਣੇ ਦੀਆਂ ਹੀ ਹੈ। ਸੋ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਚੱਲ ਰਹੀ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜੇ ਬੰਦੇ ਸ਼ਾਮਿਲ ਹੁੰਦੇ ਨੇ ਉਸੇ ਆਜ਼ਾਦੀ ਬਾਰੇ ਉਹਨਾਂ ਦਾ ਜਿਹੜਾ ਹੈਗਾ ਵਿਚਾਰ, ਧਾਰਨਾ, ਸੰਕਲਪ ਉਹ ਜ਼ਰੂਰੀ ਨਹੀਂ ਇੱਕ ਹੋਵੇ। ਨਿਸ਼ਾਨਾ ਲੱਗਦਾ ਇੱਕੋ ਹੀ ਹੈ ਪਰ ਉਹ ਨਿਸ਼ਾਨੇ ਬਾਰੇ ਸਮਝ ਬਹੁਤ ਵੱਖਰੀ ਹੈ। ਸੋ ਮੰਜ਼ਲਾਂ ਅਲੱਗ ਅਲੱਗ ਪਈਆਂ ਉਦੋਂ ਬਾਅਦ ਜਾ ਕੇ। ਸੋ ਇਹ ਜਦੋਂ ਜਿਹੜੀ ਉੜੀਸਾ ਦੀ ਗੱਲ ਕਰਦੇ ਨੇ, ਪਹਿਲੀ ਗੱਲ ਤਾਂ ਉੜੀਸਾ ਦੇ ਵਿੱਚ ਉਹਨੇ ਸਿਰਫ ਇੱਕ ਸਾਲ ਲਾਇਆ। ਕਈ ਥਾਵਾਂ 'ਤੇ ਇਹ ਜ਼ਿਕਰ ਆ ਗਿਆ ਕਿਤੇ ਵੀ ਉਹਨੇ ਰਿਵਨੇਸ਼ਾ ਕਾਲਜ ਦੇ ਵਿੱਚ, ਕਟਕ ਦੇ, ਉੜੀਸਾ ਦਾ ਸ਼ਹਿਰ ਹੈ ਕਟਕ, ਉਸ ਕਾਲਜ ਦੇ ਵਿੱਚ ਇੱਕ ਸਾਲ ਪੜ੍ਹਾਈ ਕੀਤੀ ਦਸਵੀਂ ਤੋਂ ਬਾਅਦ। ਪਰ ਮੈਂ ਜਦੋਂ ਸਾਰੇ ਤੱਥਾਂ ਦੀ ਖੋਜ ਕੀਤੀ ਤਾਂ ਲੱਗਿਆ ਕਿ ਨਹੀਂ, ਕਿਉਂਕਿ ਸਾਲ ਜਦੋਂ ਮੇਲਦੇ ਆ ਉਹਦੇ ਜਨਮ ਤੋਂ ਲੈ ਕੇ ਉਹਦੀ ਮੌਤ ਤੱਕ ਜੋ ਉਹ ਕੰਮ ਕਰੀ ਜਾ ਰਿਹਾ, ਜੇ ਉਹਨੇ ਦਸਵੀਂ ਕੀਤੀ ਹੈ ਕਿੰਨੇ ਸਾਲ ਦੇ ਨੇ ਕੀਤੀ ਹੋਊ, ਕਿੰਨੇ ਸਾਲ ਦਾ ਪੜ੍ਹਨ ਲੱਗਿਆ ਹੋਊ, ਅਮਰੀਕਾ 12 'ਚ ਗਿਆ ਉਹ, ਇਹ ਸਾਰੇ ਜਦੋਂ ਸਾਲ ਜੋੜਦੇ ਆ ਉਹ ਸਾਲ ਪੂਰੇ ਨਹੀਂ ਸੀ ਹੁੰਦੇ। ਸੋ ਫਿਰ ਤੱਥ ਇਹ ਨਿਕਲਿਆ ਕਿ ਉਹਨੇ ਸਿਰਫ ਦਸਵੀਂ ਉੱਥੇ ਜਾ ਕੇ ਕੀਤੀ ਇੱਕ ਸਾਲ। ਰਵਨੇਸ਼ਾ ਕਾਲਜ ਦੇ ਵਿੱਚ ਇੱਕ ਸਕੂਲ ਸੀ, ਉਸ ਮੌਕੇ ਕਾਲਜਾਂ ਦੇ ਵਿੱਚ ਹੀ ਸਕੂਲ ਹੁੰਦੇ ਸੀ ਜਿਹਨੂੰ ਕੋਲਜੀਏਟ ਸਕੂਲ ਕਹਿੰਦੇ ਹੁੰਦੇ ਸੀ। ਅੰਮ੍ਰਿਤਸਰ ਖਾਲਸਾ ਕਾਲਜ ਦੇ ਵਿੱਚ ਵੀ ਖਾਲਸਾ ਸਕੂਲ ਸੀ, ਉਹਨੂੰ ਕੋਲਜੀਏਟ ਸਕੂਲ ਕਹਿੰਦੇ ਸੀ। ਸੋ ਸਰਾਭਾ ਨੇ ਰਵਨੇਸ਼ਾ ਕਾਲਜ ਦੇ ਕੋਲਜੀਏਟ ਸਕੂਲ 'ਚੋਂ ਦਸਵੀਂ ਕੀਤੀ। ਹੁਣ ਇੱਕ ਤੱਥ ਵਾਰ ਵਾਰ ਇਹ ਜ਼ਿਕਰ ਆਉਂਦਾ ਕਿ ਜਦੋਂ ਸੱਤਵੀਂ 'ਚ ਪੜ੍ਹਦਾ ਸੀ ਤਾਂ ਉਹਨੂੰ ਖਿਆਲ ਆਇਆ ਕਿ ਟਪੂਸੀ ਮਾਰ ਕੇ ਦੋ ਜਮਾਤਾਂ ਅੱਗੇ ਵੱਧ ਨਿਕਲਿਆ ਜਾਵੇ। ਉਹਨੇ ਸੱਤਵੀਂ 'ਚ ਪੜ੍ਹਦੇ ਨੇ ਉਸ ਸਕੂਲ 'ਚੋਂ ਜਿੱਥੋਂ ਸੱਤਵੀਂ 'ਚ ਪੜ੍ਹਦਾ ਸੀ ਸਰਟੀਫਿਕੇਟ ਲੈ ਲਿਆ ਸੱਤਵੀਂ ਦਾ, ਉਹ ਕੱਟ ਕੇ ਉਹਨੇ ਆਪਦੇ ਹੱਥ ਨਾਲ ਨੌਵੀਂ ਕਰ ਲਿਆ ਅਤੇ ਅਗਲੇ ਸਕੂਲ 'ਚ ਜਾ ਕੇ ਨੌਵੀਂ ਜਮਾਤ 'ਚ ਦਾਖਲਾ ਲੈ ਲਿਆ। ਸਾਰੀਆਂ ਕਿਤਾਬਾਂ 'ਚ ਜਿੰਨੀਆਂ ਵੀ ਹੁਣ ਤੱਕ ਲਿਖੀਆਂ ਗਈਆਂ ਜਾਂ ਜੋ ਵੀ ਹੁਣ ਤੱਕ ਲਿਖਤਾਂ ਲਿਖੀਆਂ ਗਈਆਂ ਉਹਨਾਂ ਸਾਰਿਆਂ 'ਚ ਇਹੀ ਗੱਲ ਵਾਰ ਵਾਰ ਦੁਹਰਾਈ ਜਾਂਦੀ ਹੈ। ਹੁਣ ਉਹ ਫਿਰ ਅਸੀਂ ਸਾਲ ਮੇਲਣ ਲੱਗੇ ਵੀ ਗੱਲ ਕੀ ਬਣੀ ਇਹ। ਅੱਛਾ, ਫਿਰ ਪੜ੍ਹਦੇ ਪੜ੍ਹਦੇ ਇਹ ਗੱਲ ਲੱਗੀ ਕਿ ਉਸ ਮੌਕੇ ਦੇ ਉੱਤੇ ਜਿਹੜਾ ਸਿਸਟਮ ਸੀ ਸਕੂਲਾਂ ਦਾ ਉਹ ਕੀ ਸੀ। ਉਹ ਇਹ ਨਿਕਲਿਆ ਕਿ ਪ੍ਰਾਇਮਰੀ ਚੌਥੀ ਤੱਕ ਹੁੰਦੀ ਸੀ ਉਦੋਂ, ਪ੍ਰਾਇਮਰੀ ਤੋਂ ਬਾਅਦ ਮਿਡਲ ਸਕੂਲ ਹੁੰਦਾ ਸੀ ਅੱਠਵੀਂ ਤੱਕ, ਅੱਠਵੀਂ ਤੱਕ ਅੰਗਰੇਜ਼ੀ ਦਾ ਇੱਕ ਵੀ ਅੱਖਰ ਨਹੀਂ ਸੀ ਪੜ੍ਹਾਇਆ ਜਾਂਦਾ, ਸਿਰਫ ਜਿਹੜੀ ਤੁਹਾਡੀ ਨੇਟਿਵ ਲੈਂਗੁਏਜ ਹੈ ਉਹੀ ਪੜ੍ਹਾਈ ਜਾਂਦੀ ਸੀ। ਅਤੇ ਪੰਜਾਬ ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬੀ ਪੜ੍ਹਾਉਣ ਦੀ ਬਜਾਏ ਉਰਦੂ ਪੜ੍ਹਾਉਂਦੇ ਸੀ, ਕਿਸੇ ਸਰਕਾਰੀ ਸਕੂਲ 'ਚ ਪੰਜਾਬੀ ਦਾ ਇੱਕ ਅੱਖਰ ਨਹੀਂ ਸੀ ਪੜ੍ਹਾਉਂਦੇ ਅੱਠਵੀਂ ਤੱਕ। ਇਹ ਹਿੰਦੁਸਤਾਨ ਦੇ ਹੋਰ ਕਿਸੇ ਸੂਬੇ 'ਚ ਉਹਨਾਂ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ, ਬਾਕੀ ਸਾਰੇ ਸੂਬਿਆਂ 'ਚ ਉਹਨਾਂ ਦੀ ਆਪਦੀ ਭਾਸ਼ਾ ਪੜ੍ਹਾਈ ਜਾਂਦੀ ਸੀ। ਇਹ ਕਿਉਂ ਕੀਤਾ ਇਹਦੇ ਪਿੱਛੇ ਹੀ ਬਹੁਤ ਕਹਾਣੀ ਹੈ, ਚਲੋ ਇਹਦੇ ਵਿੱਚ ਮੈਂ ਦੱਸਿਆ ਹੋਇਆ, ਮੈਂ ਬਹੁਤਾ ਇੱਥੇ ਅੱਜ ਵਿਸਥਾਰ 'ਚ ਨਹੀਂ ਜਾਊਂ। ਅੱਠਵੀਂ ਤੋਂ ਬਾਅਦ ਸਿੱਧਾ ਨੌਵੀਂ 'ਚ ਦਾਖਲਾ ਨਹੀਂ ਹੁੰਦਾ ਸੀ, ਅੱਠਵੀਂ ਦਾ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਜਾਰੀ ਹੁੰਦਾ ਸੀ। ਉਸ ਤੋਂ ਬਾਅਦ 2 ਸਾਲ ਜਿਹਨੂੰ ਕਹਿੰਦੇ ਸੀ ਜੂਨੀਅਰ ਅਤੇ ਸੀਨੀਅਰ, ਸਿਰਫ ਅੰਗਰੇਜ਼ੀ ਪੜ੍ਹਾਈ ਜਾਂਦੀ ਸੀ, ਹੋਰ ਕੋਈ ਸਬਜੈਕਟ ਨਹੀਂ। ਉਹ ਜੂਨੀਅਰ ਪਾਸ ਕਰਨਾ ਅਤੇ ਸੀਨੀਅਰ ਪਾਸ ਕਰਨਾ ਉਹਨੂੰ ਕਹਿੰਦੇ ਸੀ। ਉਹ 2 ਸਾਲ ਲਾ ਕੇ ਫਿਰ ਨੌਵੀਂ 'ਚ ਦਾਖਲਾ ਹੁੰਦਾ ਸੀ। ਸੋ ਸੱਤਵੀਂ 'ਚੋਂ ਨੌਵੀਂ 'ਚ ਕਿਵੇਂ ਜਾ ਸਕਦਾ, ਅੱਠਵੀਂ ਦਾ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਆਊ, ਜੂਨੀਅਰ ਅਤੇ ਸੀਨੀਅਰ ਪਾਸ ਕਰਨੀ ਪਊ। ਸੋ ਇਹ ਲੱਗਿਆ ਕਿ ਤੱਥ ਠੀਕ ਨਹੀਂ। ਸੋ ਇਸ ਤਰ੍ਹਾਂ ਮਤਲਬ ਜਿਹੜੇ ਕਿਸੇ ਨੇ ਇੱਕ ਗੱਲ ਲਿਖਤੀ, ਦੂਜੀ ਕਿਸੇ ਨੇ ਘੋਖੀ ਨਾ, ਦੂਜੇ ਨੇ ਵੀ ਉਹੀ ਰਿਪੀਟ ਕਰਤੀ, ਤੀਜੇ ਨੇ, ਅਖੀਰ ਨੂੰ ਉਹ ਸੱਚਾਈ ਮੰਨਣ ਲੱਗ ਜਾਂਦੇ ਆ ਲੋਕ। ਇਹ ਤਾਂ ਮੈਂ ਕੁਛ ਕੁ ਉਦਾਹਰਨਾਂ ਦਿੱਤੀਆਂ ਨੇ ਵੀ ਤੱਥ ਵਿਗੜਦੇ ਕਿਵੇਂ ਹੈ।
ਸੋ ਮੇਰੇ ਮੁਤਾਬਕ ਫਿਰ ਜੋ ਜੋ ਸਾਰੀ ਖੋਜ ਬਣੀ ਜਿੰਨੀ ਕੁ ਅਜੇ ਵੀ ਇਹਦੇ ਵਿੱਚ ਬੜੇ ਗੈਪਸ ਪਏ ਨੇ ਅਤੇ ਇਹ ਇੱਕ ਮਨ 'ਚ ਸ਼ਿਕਵਾ ਵੀ ਹੈ ਕਿ ਇਦੋਂ ਪਹਿਲਾਂ ਜਿਹੜੇ ਵਿਦਵਾਨ ਹੋਏ ਜਦੋਂ ਅਜੇ ਸ਼ਹੀਦ ਭਗਤ ਸਿੰਘ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਾਥੀ ਜਿਉਂਦੇ ਸੀ ਸਰਾਭੇ ਦੀ ਸ਼ਹਾਦਤ ਤੋਂ 60 ਸਾਲ ਬਾਅਦ ਤੱਕ ਉਹ ਜਿਉਂਦੇ ਰਹੇ ਨੇ ਜਿਨ੍ਹਾਂ ਨੇ ਉਹਦੇ ਨਾਲ ਕੰਮ ਕੀਤਾ ਅਤੇ ਉਹਨਾਂ 60 ਸਾਲਾਂ 'ਚ ਕਿਸੇ ਦੇ ਮਨ 'ਚ ਇਹ ਨਾ ਆਈ ਕਿ ਸਰਾਭੇ ਬਾਰੇ ਕੁਛ ਪੁੱਛ ਹੀ ਲਈਏ ਇਹਨਾਂ ਤੋਂ ਇੱਕ ਵੀ ਮੈਨੂੰ ਇਸ ਤਰ੍ਹਾਂ ਦੇ ਉਦਾਹਰਣ ਨਹੀਂ ਮਿਲੀ ਵੀ ਕਿਸੇ ਨੇ ਜਾ ਕੇ ਉਹਨਾਂ ਨੂੰ ਇੰਟਰਵਿਊ ਕੀਤਾ ਹੋਵੇ ਵੀ ਯਾਰ ਸਾਨੂੰ ਸਰਾਭੇ ਬਾਰੇ ਦੱਸੋ ਮੈਨੂੰ ਲੱਗਿਆ ਵੀ ਕਿਉਂ ਨਹੀਂ ਕਿਸੇ ਦੇ ਮਨ 'ਚ ਉਤਸੁਕਤਾ ਪੈਦਾ ਹੋਈ ਫਿਰ ਮੈਨੂੰ ਇਹ ਲੱਗਿਆ ਕਿ ਅਸਲ ਦੇ ਵਿੱਚ ਗੱਲ ਕੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਚਿੱਤਰਕਾਰ ਦੀ ਜੀਵਨੀ ਲਿਖਣੀ ਹੈ ਜਿਹੜੇ ਬੰਦੇ ਨੂੰ ਚਿੱਤਰਕਾਰੀ ਦਾ ਪਤਾ ਨਹੀਂ ਉਸ ਕਲਾ ਦਾ ਪਤਾ ਨਹੀਂ ਉਹਦੀ ਜੀਵਨੀ ਕਿਵੇਂ ਲਿਖ ਲਓ ਜਦੋਂ ਕਿਸੇ ਸਾਇੰਸਦਾਨ ਬਾਰੇ ਜੀਵਨੀ ਲਿਖਣੀ ਹੈ ਜਿਹੜੇ ਬੰਦਿਆਂ ਨੂੰ ਉਸ ਖੇਤਰ ਦਾ ਪਤਾ ਨਹੀਂ ਉਹ ਸਾਇੰਸਦਾਨ ਨੂੰ ਕਿਵੇਂ ਡਿਸਕ੍ਰਾਈਬ ਕਰ ਦੂ ਸੋ ਮੈਨੂੰ ਲੱਗਿਆ ਕਿ ਸਰਾਭਾ ਇੱਕ ਇਨਕਲਾਬੀ ਸੀ ਲਸਾਨੀ ਕਿਸਮ ਦਾ ਇਨਕਲਾਬੀ ਮੈਨੂੰ ਤਾਂ ਜਦੋਂ ਉਹਦੀ ਕਿਤੇ ਉਹਦੇ ਬਾਰੇ ਕਿਸੇ ਨੇ ਕੋਈ ਲਾਈਨ ਲਿਖੀ ਜੋ ਮੈਨੂੰ ਲੱਗਦਾ ਸੀ ਕਿ ਉਹ ਤਾਂ ਬਹੁਤ ਵੱਡੀ ਚੀਜ਼ ਸੀ ਦੂਜੇ ਨੂੰ ਨਹੀਂ ਲੱਗਿਆ ਜਿਵੇਂ ਆਮ ਹੀ ਬੰਦਾ ਪੜ੍ਹ ਜਾਂਦਾ ਵੀ ਚਲੋ ਇੱਕ ਉਹ ਵੀ ਸੀ ਸੋ ਇਹ ਲੱਗਿਆ ਕਿ ਜਿਹੜੇ ਬਾਕੀ ਵਿਦਵਾਨ ਸੀ ਸ਼ਾਇਦ ਉਹਨਾਂ ਨੂੰ ਇਹ ਗੱਲ ਸਰਾਭੇ ਬਾਰੇ ਇਸ ਗੱਲ ਦੀ ਲੋੜ ਹੀ ਨਹੀਂ ਲੱਗੀ ਕਿਸੇ ਹਰਭਜਨ ਸਿੰਘ ਚਮਿੰਡਾ 1978 'ਚ ਜਾ ਕੇ ਪੂਰਾ ਹੋਇਆ ਸਰਾਭਾ 1915 ਦੇ ਵਿੱਚ ਸ਼ਹੀਦ ਹੋਇਆ ਦੇਖੋ ਕਿੰਨੇ ਸਾਲ ਅਤੇ ਹਰਭਜਨ ਸਿੰਘ ਚਮਿੰਡਾ ਨੇ ਲਿਖਿਆ ਕਿ ਮੇਰੇ ਕੋਲ ਬਹੁਤ ਸਾਰਾ ਮਸਾਲਾ ਸੀ ਸਮੱਗਰੀ ਕਿਉਂਕਿ ਉਹ ਆਪ ਵੀ ਲਿਖਦਾ ਹੁੰਦਾ ਸੀ ਪੇਪਰ ਕੱਢਦਾ ਸੀ ਲਗਾਤਾਰ ਐਕਟਿਵ ਰਿਹਾ ਉਹ ਕਹਿੰਦਾ ਵੀ 1978 'ਚ ਮੇਰੇ ਕੋਲ ਹਰੀਸ਼ਪੁਰੀ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਇਆ ਜਿਹੜਾ ਖੋਜ ਕਰ ਰਿਹਾ ਸੀ ਗਦਰ ਪਾਰਟੀ 'ਤੇ ਕਹਿੰਦਾ ਮੈਂ ਸਾਰਾ ਕੁਛ ਉਹਨੂੰ ਜਿੰਨਾ ਕੁਛ ਮੇਰੇ ਕੋਲ ਪਿਆ ਸੀ ਉਹਨੂੰ ਦਿੱਤਾ ਹਰੀਸ਼ਪੁਰੀ ਨੇ ਕਿਤਾਬ ਲਿਖੀ ਹੈ ਬਹੁਤ ਵੱਡੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਉਹਦੇ 'ਚ ਹਰਭਜਨ ਸਿੰਘ ਚਮਿੰਡਾ ਬਾਰੇ ਇੱਕ ਸ਼ਬਦ ਨਹੀਂ ਹਰਭਜਨ ਸਿੰਘ ਚਮਿੰਡਾ ਨੇ ਉਹਨੂੰ ਜੋ ਕੁਛ ਸੌਂਪਿਆ ਉਹਦੇ 'ਚੋਂ ਇੱਕ ਵੀ ਲਾਈਨ ਦਾ ਹਵਾਲਾ ਨਹੀਂ ਸੋ ਕਿੰਨੇ ਕੀਮਤੀ ਸੋਮਿਆਂ ਨੂੰ ਕਿਵੇਂ ਉਹਨਾਂ ਨੇ ਵਿਕਾਰ ਕੀਤਾ ਇਹ ਅਚਨਚੇਤ ਨਹੀਂ ਹੋਇਆ ਵੀ ਕਿਸ ਤੋਂ ਭੁੱਲ ਹੋ ਗਈ ਹੋਇਆ ਕੀ ਜਿਵੇਂ ਪਹਿਲੀ ਗੱਲ ਕੀਤੀ ਸੀ ਕਿ ਇੱਕੋ ਬੱਸ ਦੀਆਂ ਸਵਾਰੀਆਂ ਦੀ ਮੰਜ਼ਿਲ ਅਲੱਗ ਅਲੱਗ ਹੁੰਦੀ ਹੈ ਆਜ਼ਾਦੀ ਦੇ ਸੰਘਰਸ਼ 'ਚ ਬਹੁਤ ਸਾਰੇ ਸ਼ਾਮਿਲ ਹੋਏ ਬੰਗਾਲੀ ਵੀ ਹੋਏ ਮਰਾਠੀ ਵੀ ਹੋਏ ਹੋਰ ਵੀ ਹੋਏ ਇਹ ਜਿਹੜੀਆਂ ਗਦਰ ਪਾਰਟੀ ਵਾਲੀਆਂ ਸਵਾਰੀਆਂ ਸੀ ਇਹ ਉਹਨਾਂ ਵਰਗੀਆਂ ਨਹੀਂ ਸੀ ਜੋ ਆਜ਼ਾਦੀ ਦਾ ਸੰਕਲਪ ਇਹਨਾਂ ਦਾ ਸੀ ਅਤੇ ਜੋ ਉਹਨਾਂ ਦਾ ਸੀ ਉਹ 'ਚ ਬੜਾ ਫਰਕ ਸੀ ਆਮ ਤੌਰ 'ਤੇ ਜਦੋਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੜਾਈ ਚੱਲਦੀ ਹੈ ਉਹ 'ਚ ਦੋ ਕਿਸਮ ਦੇ ਬੰਦੇ ਆਉਂਦੇ ਨੇ ਇੱਕ ਉਹ ਜਿਨ੍ਹਾਂ ਨੇ ਰਾਜ ਲੈਣਾ ਹੁੰਦਾ ਉਹ ਰਾਜ ਕਰਨ ਦੀ ਪਿੱਛੇ ਲਾਲਸਾ ਪਈ ਹੁੰਦੀ ਹੈ ਕਿ ਇਹਨਾਂ ਨੂੰ ਕੱਢ ਕੇ ਅੰਗਰੇਜ਼ਾਂ ਨੂੰ ਅਸੀਂ ਰਾਜ ਕਰਾਂਗੇ ਇੱਕ ਉਹ ਹੁੰਦੇ ਨੇ ਜਿਨ੍ਹਾਂ ਨੂੰ ਸਿਰਫ ਰਾਜ ਤੱਕ ਕੋਈ ਮਤਲਬ ਨਹੀਂ ਕਿ ਰਾਜ ਤਾਂ ਇੱਕ ਵਸੀਲਾ ਇੱਕ ਸਾਧਨ ਹੈ ਨਿਸ਼ਾਨੇ ਉਦੋਂ ਵੱਡੇ ਨੇ ਕਿਤੇ ਉਹ ਇਕੱਲੇ ਇੱਕ ਦੇਸ਼ ਤੱਕ ਵੀ ਸੀਮਤ ਨਹੀਂ ਜਿਨ੍ਹਾਂ ਕੋਲ ਮਨੁੱਖਤਾ ਦਾ ਦਰਦ ਆ ਸਾਰੀ ਦਾ ਜਿਨ੍ਹਾਂ ਨੂੰ ਸਾਰੀ ਪ੍ਰਿਥਵੀ ਜਲ ਦੀ ਨਜ਼ਰ ਆਉਂਦੀ ਹੈ ਕੋਈ ਇੱਕ ਖਿੱਤਾ ਨਹੀਂ ਇੱਕ ਆਪਦਾ ਪਿੰਡ ਆਪਦਾ ਇਲਾਕਾ ਜਾਂ ਆਪਦਾ ਦੇਸ਼ ਨਹੀਂ ਉਹਨਾਂ ਦੀ ਨਜ਼ਰ ਉਹਨਾਂ ਦਾ ਵਿਜਨ ਉਹਨਾਂ ਦੀ ਦ੍ਰਿਸ਼ਟੀ ਬਹੁਤ ਵੱਡੀ ਹੁੰਦੀ ਹੈ ਸੋ ਇਹ ਜਿਹੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਸਾਥੀ ਸੀ ਇਹ ਇੱਕ ਹੋਰ ਦ੍ਰਿਸ਼ਟੀ ਲੈ ਕੇ ਦੇਸ਼ ਨੂੰ ਆਜ਼ਾਦ ਕਰਾਉਣ ਚੱਲੇ ਸੀ ਉਹ ਦ੍ਰਿਸ਼ਟੀ ਉਹਨਾਂ ਲੋਕਾਂ ਨੂੰ ਮੁਆਫਕ ਨਹੀਂ ਸੀ ਜਿਨ੍ਹਾਂ ਦੀ ਮੰਜ਼ਿਲ ਸਿਰਫ ਰਾਜ ਕਰਨਾ ਸੀ ਸੋ ਜਦੋਂ ਉਹਨਾਂ ਦੇ ਹੱਥ 'ਚ ਰਾਜ ਆ ਗਿਆ ਉਹਨਾਂ ਨੇ ਇਸ ਦ੍ਰਿਸ਼ਟੀ ਨੂੰ ਇਸ ਵਿਚਾਰਧਾਰਾ ਨੂੰ ਇਹਨਾਂ ਗੱਲਾਂ ਨੂੰ ਦਬਾਉਣ ਦੀ ਕੋਸ਼ਿਸ਼ ਸ਼ੁਰੂ ਕਰਤੀ ਵੀ ਇਹ ਗੱਲਾਂ ਸਾਹਮਣੇ ਨਾ ਆਉਣ ਸੋ ਇਹ ਚੱਲਿਆ ਸਿਲਸਿਲਾ ਸਕੂਲਾਂ ਕਾਲਜਾਂ ਵਿਦਵਾਨਾਂ ਨੇ ਕਿਤਾਬਾਂ ਲਿਖੀਆਂ ਉਹਨਾਂ ਨੇ ਇਹਨਾਂ ਗੱਲਾਂ ਨੂੰ ਸਾਹਮਣੇ ਨਹੀਂ ਲਿਆਂਦਾ ਸੋ ਇੱਕ ਤਾਂ ਇਹ ਪੱਖ ਬਣਦਾ ਦੂਜੀ ਗੱਲ ਇਸ ਤਰ੍ਹਾਂ ਦੀਆਂ ਉਦਾਹਰਨਾਂ
ਜਿਹੜੀ ਤੱਥਾਂ ਦੀਆਂ ਗੜਬੜਾਂ ਕਿਵੇਂ ਹੋਈਆਂ ਨੇ ਉਹ ਤੁਸੀਂ ਇਹ ਕਿਤਾਬ ਪੜ੍ਹੋਗੇ ਤਾਂ ਇਹਦੇ 'ਚੋਂ ਮਿਲ ਜਾਣਗੀਆਂ। ਇੱਕੋ ਹੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਬੰਗਾਲ ਦੇ ਵਿੱਚੋਂ ਦੋ ਬੰਦੇ ਆਏ ਇੱਥੇ ਜਦੋਂ ਗਦਰ ਕਰਨਾ ਸੀ, ਇੱਕ ਰਾਸ ਬਿਹਾਰੀ ਬੋਸ ਜਿਹੜਾ ਬਹੁਤ ਵੱਡਾ ਲੀਡਰ ਸੀ, ਸੂਰਮਾ ਵੀ ਸੀ, ਜਿਹਨੇ ਹਾਰਡਿੰਗ ਦੇ ਉੱਤੇ ਦਿੱਲੀ 'ਚ ਬੰਬ ਸੁੱਟਿਆ ਸੀ, ਜਿਹੜਾ ਵਾਇਸਰਾਏ ਸੀ ਹਿੰਦੁਸਤਾਨ ਦਾ। ਵਾਇਸਰਾਏ ਬਚ ਗਿਆ ਸੀ, ਜ਼ਖਮੀ ਹੋ ਗਿਆ ਸੀ, ਪਰ ਇਹ ਫਿਰ ਅੰਡਰਗਰਾਊਂਡ ਹੋ ਗਿਆ ਸੀ। ਸੋ ਇਹ ਆ ਕੇ ਇਹਨੇ ਪੰਜਾਬ ਦੇ ਵਿੱਚ ਆ ਕੇ ਜਨਵਰੀ ਦੇ ਵਿੱਚ ਡੇਰਾ ਲਾ ਲਿਆ ਸੀ ਕਿ ਬਗਾਵਤ ਕਰਨ ਵਾਸਤੇ ਅੰਮ੍ਰਿਤਸਰ ਅਤੇ ਲਾਹੌਰ ਦੇ ਵਿੱਚ ਟਿਕਾਣੇ ਬਣਾ ਕੇ ਉੱਥੋਂ ਸਾਰੇ ਕੁਛ ਨੂੰ ਗਾਈਡ ਕਰ ਰਿਹਾ ਸੀ। ਅਤੇ ਉਹਦਾ ਅਸਿਸਟੈਂਟ ਸੀ ਸਚਿੰਦਰ ਨਾਥ ਸਨਿਆਲ। ਸੋ ਰਾਸ ਬਿਹਾਰੀ ਬੋਸ ਤਾਂ ਜਦੋਂ ਗਦਰ ਦੀ ਸਕੀਮ ਫੇਲ ਹੋ ਗਈ ਬਾਹਰ ਨਿਕਲ ਗਿਆ। ਉਹ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਪ੍ਰੋਫੈਸਰ ਪੂਰਨ ਸਿੰਘ ਕੋਲ ਰਿਹਾ। ਉਸ ਮੌਕੇ ਦੇ ਉੱਤੇ ਪ੍ਰੋਫੈਸਰ ਪੂਰਨ ਸਿੰਘ ਨੇ ਉਹਨੂੰ ਜਪਾਨ ਦੇ ਵਿੱਚ ਕੱਢਿਆ, ਜਪਾਨ ਭੇਜਿਆ ਚੋਰੀਓਂ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਜਪਾਨ 'ਚ ਬਹੁਤ ਚਿਰ ਰਹਿ ਕੇ ਆਏ ਸੀ। ਸੋ ਉਹਦੀ ਤਾਂ ਫਿਰ ਉੱਥੇ ਹੀ ਮੌਤ ਹੋ ਗਈ ਬਾਅਦ ਦੇ ਵਿੱਚ। ਸਚਿੰਦਰ ਨਾਥ ਸਨਿਆਲ ਜਿਹੜਾ ਉਹ ਬਹੁਤ ਚਿਰ ਸਰਗਰਮ ਰਿਹਾ, ਗਦਰ ਪਾਰਟੀ ਵਾਲਿਆਂ ਨਾਲ ਪਹਿਲਾਂ ਸਰਾਭੇ ਹੋਰਿਆਂ ਨਾਲ ਸਾਰਿਆਂ ਨਾਲ ਚੱਲਿਆ। ਉਸ ਤੋਂ ਬਾਅਦ ਉਹਨੇ ਪੰਜਾਬ ਦੇ ਯੂਪੀ ਦੇ ਵਿੱਚ ਜਿਹੜਾ ਸ਼ਹੀਦ ਕਰਤਾ ਆਪਣਾ ਭਗਤ ਸਿੰਘ ਦਾ ਗਰੁੱਪ ਸੀ, ਰਾਮ ਪ੍ਰਸਾਦ ਬਿਸਮਲ, ਚੰਦਰ ਸ਼ੇਖਰ ਆਜ਼ਾਦ, ਇਹਨਾਂ ਨੂੰ ਸਾਰਿਆਂ ਨੂੰ ਉਹਨੇ ਹੀ ਜਥੇਬੰਦ ਕੀਤਾ, ਉਹਨੇ ਹੀ ਸੇਧ ਦਿੱਤੀ। ਉਹ ਚੰਗਾ ਵਿਦਵਾਨ ਵੀ ਸੀ ਅਤੇ ਚੰਗਾ ਕਰਮਯੋਗੀ ਵੀ ਸੀ। ਉਸ ਨੇ ਆਪਦੀ ਜਿਹੜੀ ਸਵੈ ਜੀਵਨੀ ਉਹਦੇ ਵਿੱਚ ਇੱਕ ਤੱਥ ਦਾ ਜ਼ਿਕਰ ਕੀਤਾ ਕਿ ਜਦੋਂ 15 ਫਰਵਰੀ ਨੂੰ ਨਾ 12 ਫਰਵਰੀ 1915 ਨੂੰ ਜਿੱਦਣ ਬਗਾਵਤ ਕਰਨ ਦਾ ਦਿਨ ਤੈਅ ਹੋਇਆ ਕਿ 21 ਫਰਵਰੀ ਨੂੰ ਆਪਾਂ ਬਗਾਵਤ ਕਰਨੀ ਹੈ, ਲਾਹੌਰ ਮੋਚੀ ਗੇਟ ਕੋਲ ਉਹਨਾਂ ਦਾ ਕਮਰਾ ਹੁੰਦਾ ਸੀਗਾ, ਮਕਾਨ ਕਿਰਾਏ 'ਤੇ ਲਿਆ, ਜਿਹੜਾ ਮੇਨ ਉਹਨਾਂ ਦਾ ਅੱਡਾ ਸੀ, ਉੱਥੇ ਮੀਟਿੰਗ ਹੋਈ। ਜਦੋਂ ਤਰੀਕ ਤੈਅ ਕਰ ਲਈ, ਨਾਲ ਫਿਰ ਇਹ ਏਜੰਡਾ ਆ ਗਿਆ ਕਿ ਉਸ ਦਿਨ ਆਪਾਂ ਝੰਡਾ ਕਿਹੜਾ ਚਲਾਉਣਾ, ਕਿ ਜਦੋਂ ਆਪਾਂ ਛਾਉਣੀਆਂ 'ਤੇ ਕਬਜ਼ੇ ਕਰ ਲਏ ਤਾਂ ਝੰਡਾ ਕਿਹੜਾ ਚਲਾਉਣਾ, ਝੰਡਾ ਤਿਆਰ ਕਰੋ। ਸਚਿੰਦਰ ਨਾਥ ਸਨਿਆਲ ਨੇ ਲਿਖਿਆ ਕਿ ਜਦੋਂ ਝੰਡਾ ਤਿਆਰ ਕਰਨ ਲੱਗੇ ਉਹਦੇ 'ਚ ਦੋ ਰੰਗ ਪਾਏ ਗਏ ਸੀ ਪਹਿਲਾਂ, ਇੱਕ ਹਰਾ ਅਤੇ ਇੱਕ ਸੈਫਰਨ ਜਿਹਨੂੰ ਆਪਾਂ ਕਹਿੰਦੇ ਹਾਂ ਕੇਸਰੀ ਭਗਵਾ, ਕਿ ਦੋ ਭਾਈਚਾਰਿਆਂ ਦੀ ਏਕਤਾ ਦਾ ਪ੍ਰਤੀਕ, ਇੱਕ ਮੁਸਲਮਾਨ ਦੂਜਾ ਹਿੰਦੂ, ਇਹ ਉਹਨੇ ਲਿਖਿਆ। ਕਹਿੰਦਾ ਉਸ ਮੀਟਿੰਗ 'ਚ ਸਿੱਖਾਂ ਨੇ ਇਹ ਪੁਜੀਸ਼ਨ ਰੱਖੀ ਕਿ ਸਾਡਾ ਰੰਗ ਵੀ ਪਾਓ, ਅਤੇ ਉਹਨੇ ਸ਼ਬਦ ਇਹ ਵਰਤੇ, ਕਹਿੰਦਾ ਸਿੱਖਾਂ ਨੇ ਬਹੁਤ ਜ਼ੋਰ ਦੇ ਕੇ ਫਿਰ ਆਪਦਾ ਰੰਗ ਪਵਾਇਆ। ਹੁਣ ਬੰਦਾ ਆਮ ਪੜ੍ਹ ਜਾਂਦਾ ਵੀ ਠੀਕ ਹੈ, ਸਿੱਖਾਂ ਨੇ ਇਹ ਜ਼ੋਰ ਨਾਲ ਮੰਗ ਰੱਖੀ ਅਤੇ ਆਪਦਾ ਰੰਗ ਪਵਾਇਆ। ਹੁਣ ਜਿਹੜਾ ਜ਼ੋਰ ਪਾ ਕੇ ਕਹਿਣਾ ਵੀ ਜ਼ੋਰ ਪਾ ਕੇ ਪਵਾਇਆ, ਜਿਹਦਾ ਮਤਲਬ ਕਿਸੇ ਨੇ ਵਿਰੋਧ ਕੀਤਾ ਹੋਊ ਵੀ ਨਹੀਂ ਪੈਣ ਦੇਣਾ ਚਾਹੀਦਾ। ਉਹ ਕਿਹਨੇ ਵਿਰੋਧ ਕੀਤਾ ਹੋਊ, ਜ਼ੋਰ ਕਿਉਂ ਪਾਉਣਾ ਪਿਆ ਸਿੱਖਾਂ ਨੂੰ, ਇੱਕ ਤਾਂ ਇਹ ਸਵਾਲ। ਦੂਜਾ, ਉਸ ਮੀਟਿੰਗ 'ਚ ਬੰਦੇ ਕੌਣ ਕੌਣ ਸੀ ਭਲਾ? ਦੇਖੋ ਜਦੋਂ ਅਸੀਂ ਉਹ ਖੋਜ ਕੀਤੀ ਤਾਂ ਉਹਦੇ 'ਚ ਸਿਰਫ 4 ਸਿੱਖ ਹਾਜ਼ਰ ਸੀ, ਇੱਕ ਕਰਤਾਰ ਸਿੰਘ ਸਰਾਭਾ ਸੀ ਅਤੇ ਦੂਜਾ ਬਾਬਾ ਹਰਨਾਮ ਸਿੰਘ ਜਿਹਨੂੰ ਟੁੰਡੀ ਲਾਟ ਕਹਿੰਦੇ ਆ, ਉਹ ਸੀ ਬਾਬਾ ਹਰਨਾਮ ਸਿੰਘ ਜਿਹੜਾ ਟੁੰਡੀ ਲਾਟ ਹੈ। ਟੁੰਡੀ ਲਾਟ ਨੂੰ ਤਾਂ ਕਹਿੰਦੇ ਸੀ ਕਿ ਉਹਦਾ ਬੰਬ ਬਣਾਉਂਦੇ ਦਾ ਹੱਥ ਉੱਡ ਗਿਆ ਸੀ, ਉਹ ਹੱਥ ਵੀ ਇੱਕ ਹਿਸਾਬ ਨਾਲ ਕਰਤਾਰ ਸਿੰਘ ਸਰਾਭੇ ਦੇ ਪੈਰੋਂ ਹੀ, ਗਲਤੀ ਨਹੀਂ, ਮਤਲਬ ਕਰਤਾਰ ਸਿੰਘ ਸਰਾਭਾ 'ਚ ਇੱਕ ਅਜੀਬ ਕਿਸਮ ਦਾ ਜੋਸ਼ ਸੀ ਕਿ ਅਮਰੀਕਾ ਦੇ ਵਿੱਚ ਇਹ ਬੰਬ ਬਣਾਉਣ ਦੀ ਟ੍ਰੇਨਿੰਗ ਲਈ ਬਾਬਾ ਹਰਨਾਮ ਸਿੰਘ ਨੇ। ਅਤੇ ਇੱਕ ਦਿਨ ਫਿਰ ਸੈਕਰਾਮੈਂਟੋ ਦੇ ਵਿੱਚ ਜਲਸਾ ਹੋਇਆ, ਉਸ ਮੌਕੇ ਸਰਾਭੇ ਦੀ ਗੁੱਟ 'ਤੇ ਸੱਟ ਵੱਜੀ ਹੋਈ ਸੀ, ਹਸਪਤਾਲ 'ਚ ਸੀ ਇਹ, ਪਰ ਇਹ ਗੁੱਟ ਬਣਾ ਕੇ ਉਸ ਕਾਨਫਰੰਸ 'ਚ ਆਇਆ। ਕਾਨਫਰੰਸ ਤੋਂ ਬਾਅਦ ਉੱਥੇ ਨੇੜੇ ਬਾਬਾ ਵਿਸਾਖਾ ਸਿੰਘ ਅਤੇ ਭਾਈ ਜਵਾਲਾ ਸਿੰਘ ਅਤੇ ਸੰਤੋਖ ਸਿੰਘ ਦਾ ਫਾਰਮ ਸੀ, ਹੋਲਟ ਫਾਰਮ ਸਟੋਕਟਨ ਦੇ ਨੇੜੇ, ਬਹੁਤ ਵੱਡਾ, ਉੱਥੇ ਚਲੇ ਗਏ ਰਾਤ ਨੂੰ। ਉੱਥੇ ਜਾ ਕੇ ਉਹਨਾਂ ਨੇ ਕਿਹਾ ਉਹਨੂੰ ਹਰਨਾਮ ਸਿੰਘ ਨੂੰ ਵੀ, ਜਿਹੜੇ ਬੰਬਾਂ ਦੀ ਤੂੰ ਟ੍ਰੇਨਿੰਗ ਲਈ ਹੈ ਸਾਨੂੰ ਵੀ ਦੱਸ, ਸਰਾਭੇ ਨੇ।
ਉਹ ਬੰਬ ਬਣਾ ਕੇ ਉਹਨੇ ਟੈਸਟ ਕਰ ਕਰਕੇ ਦਿਖਾਈ ਗਿਆ, ਪਿੱਛੋਂ ਮਸਾਲਾ ਬਚ ਰਿਹਾ ਵਾਹਵਾ। ਅਤੇ ਹਰਨਾਮ ਸਿੰਘ ਨੇ ਲਿਖਿਆ ਕਹਿੰਦਾ ਜਿਹਨੇ ਮੈਨੂੰ ਗੋਰੇ ਨੇ ਟ੍ਰੇਨਿੰਗ ਦਿੱਤੀ ਸੀ ਉਹ ਉਹਨੇ ਇਹ ਕਿਹਾ ਸੀ ਵੀ ਜਿਹੜਾ ਪਿੱਛੋਂ ਬਚ ਰਹਿੰਦਾ ਉਹਨੂੰ ਸੁੱਟ ਦਿਓ ਬਸ, ਕਿਉਂਕਿ ਉਹ ਕਿਤੇ ਵੀ ਮਾੜੀ ਮੋਟੀ ਸੱਟ ਲੱਗਣ ਨਾਲ, ਉਸ ਮੌਕੇ ਬੜੇ ਕਰੂਟ ਜਿਹੇ ਬੰਬ ਹੁੰਦੇ ਸੀ ਵੀ ਉਹ ਚੱਲ ਸਕਦਾ ਹੁੰਦਾ। ਉਹ ਕਹਿੰਦਾ ਮੈਂ ਕੁਛ ਬੰਬ ਬਣਾ ਕੇ ਉਹਨਾਂ ਨੂੰ ਦਿਖਾਏ ਅਤੇ ਮੁੜ ਕੇ ਜਿਹੜਾ ਬਚ ਰਿਹਾ ਸਰਾਭਾ ਕਹਿੰਦਾ ਵੀ ਸੁੱਟੀ ਨਾ ਜਾ ਰਹੇ ਇਹਨਾਂ ਨੂੰ, ਵੀ ਇਹਦਾ ਕੋਈ ਵੱਡਾ ਬੰਬ ਬਣਾ ਕੇ ਟੈਸਟ ਕਰਾਂਗੇ, ਕੋਈ ਗੱਲ ਨਹੀਂ ਅਸੀਂ ਤੂੰ ਰੱਖ ਛੱਡ। ਅਤੇ ਇਹ ਕਹਿ ਕੇ ਸਰਾਭਾ ਤਾਂ ਗੱਡੀ ਚੜ੍ਹ ਗਿਆ ਸਾਨ ਫਰਾਂਸਿਸਕੋ ਨੂੰ। ਅਤੇ ਉਹ ਕਹਿੰਦਾ ਵੀ ਮੈਂ ਹੱਥ ਨਾਲ ਐਂ ਇਕੱਠਾ ਕਰਨ ਲੱਗ ਗਿਆ ਮਸਾਲਾ, ਉਹ ਇਕੱਠਾ ਕਰਕੇ ਜਿਵੇਂ ਐਂ ਹੁੰਦਾ ਵੀ ਉਹਨੂੰ ਐਂ ਲੱਡੂ ਜਿਹਾ ਬਣਾਈਦਾ, ਉਦੋਂ ਦਬਾਅ ਪਿਆ ਉਹ ਬੰਬ ਚੱਲ ਗਿਆ, ਉਹਦੇ ਨਾਲ ਉਹਦਾ ਇੱਥੋਂ ਤੱਕ ਬਾਂਹ ਉੱਡ ਗਈ। ਸੋ ਉਸੇ ਮੌਕੇ ਉਹਨੂੰ ਫਿਰ ਉੱਥੋਂ ਬਾਬਾ ਭਾਕਣਾ ਹੀ ਉੱਥੇ ਹਾਜ਼ਰ ਸੀਗੇ, ਬਾਬਾ ਸੋਹਣ ਸਿੰਘ ਭਾਕਣਾ ਉਹਰੀ ਉਹਨੂੰ ਲੈ ਕੇ ਗਏ ਹਸਪਤਾਲ, ਲੈ ਕੇ ਗਏ ਇੱਕ ਘੋੜਾ ਗੱਡੀ ਦੇ ਉੱਤੇ ਕਰਕੇ, ਉੱਥੇ ਕਿਸੇ ਮੁਸਲਮਾਨ ਦੇ ਨਾਂ 'ਤੇ ਹਸਪਤਾਲ 'ਚ ਉਹਨੂੰ ਐਡਮਿਟ ਕਰਵਾਇਆ। ਅਗਲੇ ਦਿਨ ਅਖਬਾਰਾਂ 'ਚ ਖਬਰਾਂ ਲੱਗ ਗਈਆਂ। ਕੁਦਰਤੀ ਬਚਾਅ ਇਹ ਹੋ ਗਿਆ ਕਿ 5 ਜੁਲਾਈ ਦਾ ਦਿਨ ਸੀ, ਉੱਦਣ 4 ਜੁਲਾਈ ਅਮਰੀਕਾ ਦਾ ਆਜ਼ਾਦੀ ਦਾ ਦਿਨ ਹੈ, ਇਹਨਾਂ ਨੇ ਕਹਾਣੀ ਇਹ ਬਣਾ ਲਈ ਕਿ ਅਸੀਂ ਅਮਰੀਕਾ ਦੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਸੀ ਰਾਤ ਨੂੰ, ਉਹਦੇ ਪਟਾਕੇ ਚਲਾ ਰਹੇ ਸੀ, ਉੱਥੇ ਚਲਾਉਂਦੇ ਨੇ ਉਹ, ਅਤੇ ਇਸ ਕਰਕੇ ਫਟ ਗਏ, ਇਸ ਕਰਕੇ ਇਸਨੂੰ ਪਤਾ ਹੀ ਨਹੀਂ ਲੱਗਿਆ। ਚਲੋ ਉਹ ਗੱਲ ਵੱਖਰੀ ਹੈ, ਮੈਂ ਉਸ ਮੀਟਿੰਗ ਦੀ ਗੱਲ ਕਰ ਰਿਹਾ ਸੀ ਕਿ ਬਾਬਾ ਹਰਨਾਮ ਸਿੰਘ 'ਚ ਉਹਨਾਂ ਸਿੱਖ ਧਾਰਮਿਕ ਜਜ਼ਬਾ ਨਹੀਂ ਸੀ, ਸਾਰਿਆਂ ਨੂੰ ਪਤਾ, ਕਿਉਂਕਿ ਬਾਅਦ ਦੇ ਵਿੱਚ ਉਹਦੀਆਂ ਜੋ ਲਿਖਤਾਂ ਉਹ ਤੋਂ ਪਤਾ ਲੱਗਦਾ। ਇਸ ਕਰਕੇ ਭਾਈ ਹਰਨਾਮ ਸਿੰਘ ਤਾਂ ਇਸ ਗੱਲ 'ਤੇ ਬੜਾ ਜ਼ੋਰ ਨਹੀਂ ਪਾ ਸਕਦਾ ਵੀ ਉਹਨੇ ਜ਼ੋਰ ਪਾਇਆ ਹੋਵੇ। ਸੋ ਲੈ ਦੇ ਕੇ ਕਰਤਾਰ ਸਿੰਘ ਸਰਾਭਾ ਹੀ ਬਚਦਾ ਉਹਨਾਂ 'ਚੋਂ ਜਿਹੜੇ 4 ਬੰਦੇ ਹਾਜ਼ਰ ਸੀ। ਹੁਣ ਜੇ ਕਰਤਾਰ ਸਿੰਘ ਸਰਾਭਾ ਜ਼ੋਰ ਪਾ ਰਿਹਾ ਵੀ ਸਿੱਖਾਂ ਦਾ ਰੰਗ ਵੀ ਵਿੱਚ ਹੋਣਾ ਚਾਹੀਦਾ, ਤਾਂ ਇਹ ਬੜੀ ਸਿਗਨੀਫਿਕੈਂਟ ਗੱਲ ਹੈ। ਇੱਥੋਂ ਦੇ ਜਜ਼ਬੇ ਦਾ, ਉਹਦੀ ਸੋਚ ਦਾ ਉਹ ਪਤਾ ਲੱਗਦਾ ਕੀ ਸੀ। ਸੋ ਕਿਉਂਕਿ ਬਾਅਦ ਦੇ ਵਿੱਚ ਬਣ ਇਹ ਗਿਆ ਇੱਕ ਕਿ ਧਰਮ ਦੀ ਗੱਲ ਕਰਨਾ ਇਹ ਬੜੀ ਮਾੜੀ ਗੱਲ ਹੈ, ਇਹਦੇ ਨਾਲ ਤੰਗ ਨਜ਼ਰੀ ਪੈਦਾ ਹੁੰਦੀ ਹੈ, ਫਿਰਕਾ ਪ੍ਰਸਤੀ ਹੈ, ਇਹ ਜਚਾਤੀਆਂ ਮਨਾਂ ਦੇ ਵਿੱਚ ਧਾਰਨਾਵਾਂ, ਇਸ ਕਰਕੇ ਇਹਨਾਂ ਗੱਲਾਂ ਨੂੰ ਪਾਸੇ ਕੱਢਤਾ। ਫਿਰ ਇਹ ਤੱਥ ਹੀ ਨਹੀਂ ਲਿਆਂਦਾ ਕਿਸੇ ਨੇ ਵੀ ਕੋਈ ਝੰਡਾ ਵੀ ਇਸ ਤਰ੍ਹਾਂ ਦਾ ਬਣਿਆ ਸੀ, ਕੋਈ ਰੌਲਾ ਵੀ ਪਿਆ ਸੀ। ਚਲੋ ਇਸ ਤੱਕ ਤਾਂ ਕਿਹਨੇ ਜਾਣਾ ਵੀ ਉਹ ਮੀਟਿੰਗ 'ਚ ਬੰਦੇ ਕਿਹੜੇ ਕਿਹੜੇ ਹਾਜ਼ਰ ਸੀ। ਸੋ ਕਿਤਾਬ 'ਚ ਮੈਂ ਉਹ 4 ਬੰਦਿਆਂ ਦੇ ਨਾਂ ਦਿੱਤੇ ਨੇ, ਅਤੇ ਜਿਹਨੇ ਵਿਰੋਧ ਕੀਤਾ ਹੋਊ ਉਹ ਰਾਸ ਬਿਹਾਰੀ ਬੋਸ ਤੋਂ ਬਿਨਾਂ ਹੋਰ ਕੋਈ ਬੰਦਾ ਨਹੀਂ, ਕਿਉਂਕਿ 2 ਹਿੰਦੂ ਆ ਉੱਥੇ ਸਿਰਫ, ਮੁਸਲਮਾਨ ਕੋਈ ਨਹੀਂ। ਇੱਕ ਜਮਨਾ ਦਾਸ ਆ ਜਿਹੜਾ ਉਹਦਾ ਅਸਿਸਟੈਂਟ ਸੀ ਚਾਹ ਪਾਣੀ ਬਣਾਉਣ ਵਾਸਤੇ, ਅਤੇ ਇੱਕ ਰਾਸ ਬਿਹਾਰੀ ਬੋਸ ਹੈ। ਹੁਣ ਰਾਸ ਬਿਹਾਰੀ ਬੋਸ ਇਨਕਲਾਬੀ ਹੈ, ਬਹੁਤ ਤਕੜਾ ਯੋਧਾ ਹੈ, ਪਰ ਇਹਦੇ ਬਾਵਜੂਦ ਕਿਤੇ ਨਾ ਕਿਤੇ ਮਨ ਦੇ ਵਿੱਚ ਜਿਹੜੀ ਉਹ ਗੱਲ ਪਈ ਹੈ ਕਿ ਨਹੀਂ ਸਿੱਖ ਸਾਡਾ ਹੀ ਹਿੱਸਾ। ਸੋ ਇਹ ਗੱਲਾਂ ਘੋਖਣ ਵਾਲੀਆਂ ਹੁੰਦੀਆਂ ਨੇ ਇਤਿਹਾਸ ਦੇ ਵਿੱਚ, ਇਹਨਾਂ ਗੱਲਾਂ ਦੇ ਅਰਥ ਬੜੇ ਡੂੰਘੇ ਹੁੰਦੇ ਨੇ। ਸੋ ਬਹੁਤੇ ਮੈਂ ਇਸ ਆਪਾਂ ਬੜੇ ਹੋਰ ਹਵਾਲੇ ਦਿੱਤੇ ਜਾ ਸਕਦੇ, ਬਹੁਤੇ ਨਹੀਂ, ਮੈਂ ਇੱਕ ਤੁਹਾਨੂੰ ਜਿਵੇਂ ਦਾਲ 'ਚੋਂ ਕੁਛ ਦਾਣੇ ਕੱਢ ਕੇ ਦਿਖਾਈ ਦੇ ਹੁੰਦੇ ਨੇ, ਉਸ ਤੋਂ ਪਤਾ ਲੱਗ ਜੂ ਕਿ ਇਤਿਹਾਸ ਕਿਵੇਂ ਵਿਗੜਿਆ। ਅਗਲੀ ਗੱਲ, ਜਦੋਂ ਮੈਂ ਕਿਤਾਬ ਲਿਖਣ ਲੱਗਿਆ ਤਾਂ ਮੈਨੂੰ ਇਹ ਸੀ ਵੀ ਇਹਦਾ ਟਾਈਟਲ ਕੀ ਰੱਖਿਆ ਜਾਵੇ। ਟਾਈਟਲ ਦਾ ਮਤਲਬ ਹਾਊ ਟੂ ਡਿਸਕ੍ਰਾਈਬ ਸਰਾਭਾ, ਕਿਉਂਕਿ ਟਾਈਟਲ 'ਚੋਂ ਸਰਾਭਾ ਡਿਸਕ੍ਰਾਈਬ ਹੋਣਾ ਚਾਹੀਦਾ, ਪਤਾ ਲੱਗਣਾ ਚਾਹੀਦਾ। ਬਹੁਤ ਸਾਰੇ ਪਹਿਲਾਂ ਵੀ ਕਿਤਾਬਾਂ ਲਿਖੀਆਂ ਬੰਦਿਆਂ ਨੇ, ਕਿਸੇ ਨੇ ਉਹਨੂੰ ਚੌਮੁਖੀਆ ਚਿਰਾਗ ਕਿਹਾ, ਉਹਦੀ ਉਪਮਾ ਦੇ ਵਿੱਚ ਜਿਹੜਾ ਚਾਰੇ ਪਾਸੇ ਰੌਸ਼ਨੀ ਦਿੰਦਾ ਸੀ। ਕਿਸੇ ਨੇ ਉਸਨੂੰ ਗਦਰ ਲਹਿਰ ਦਾ ਮਹਾਨਾਇਕ ਕਿਹਾ, ਕਿਸੇ ਨੇ ਗਾਦਰੀ ਸ਼ਹੀਦਾਂ ਦੇ ਤਾਰਾ ਮੰਡਲ ਦਾ ਚੰਦਰਮਾ ਕਿਹਾ, ਮਤਲਬ ਮੰਨਦੇ ਨੇ ਕਿ ਸਿਰ ਕੱਢ ਹੈ ਸਾਰਿਆਂ 'ਚੋਂ, ਉਹਨੂੰ ਉਸ ਹਿਸਾਬ ਨਾਲ ਉਪਮਾ ਦੇ ਰਹੇ। ਸੋ ਮੈਨੂੰ ਲੱਗਿਆ ਕਿ ਉਹਦੀ ਸਾਰੀ ਸ਼ਖਸੀਅਤ ਨੂੰ ਦਰਸਾਉਂਦਾ ਕੀ ਟਾਈਟਲ ਹੋ ਸਕਦਾ। ਫਿਰ ਮੈਨੂੰ ਲੱਗਿਆ ਕਿ ਤੂਫਾਨਾਂ ਦਾ ਸ਼ਾਹ ਅਸਵਾਰ, ਕਿਉਂਕਿ ਇਹ ਗੱਲ ਮਹਾਨਾਇਕ ਨੂੰ, ਮਹਾਨਾਇਕ ਇੱਕ ਬੜੀ ਨਿਊਟਰਲ ਜੀ ਟਰਮ ਹੈ, ਚੰਦਰਮਾ ਬੜੀ ਨਿਊਟਰਲ ਜੀ ਟਰਮ ਹੈ, ਇੰਨਾ ਹੀ ਪਤਾ ਲੱਗੂ ਕਿ ਸਿਰ ਕੱਢ ਸੀ ਬਸ। ਹੁਣ ਤੂਫਾਨ ਕੀ ਹੈ? ਤੂਫਾਨ ਇੱਕ ਬਹੁਤ ਵੱਡੇ ਜ਼ੋਰ ਅਤੇ ਵੇਗ ਦਾ ਪ੍ਰਤੀਕ ਹੈ, ਕਿ ਜਿਸ ਵੇਗ ਨਾਲ ਵਹਿੰਦਾ ਹੈ ਉਹ ਜੋ ਉਹਦਾ ਸਵੀਪ ਹੈ, ਜਿਹੜਾ ਉਹਦੀ ਸਵਾਰੀ ਕਰੂ ਉਹ ਕਿਹੋ ਜਿਹਾ ਹੋਊ ਭਲਾ। ਜਿਵੇਂ ਕੋਈ ਤਕੜੇ ਘੋੜੇ ਦਾ ਸਵਾਰ ਆਮ ਬੰਦਾ ਨਹੀਂ ਕਰ ਸਕਦਾ। ਸੋ ਪਹਿਲਾਂ ਘੋੜਾ ਕਿਹੋ ਜਿਹਾ ਪਤਾ ਹੋਣਾ ਚਾਹੀਦਾ ਤੁਹਾਨੂੰ,
ਐਵੇਂ ਕਿਸੇ ਨੂੰ ਘੋੜ ਸਵਾਰ ਕਹਿ ਦਿਓ ਜਾਂ ਚੰਗਾ ਘੋੜ ਸਵਾਰ। ਸੋ ਘੋੜਾ ਕਿਹੋ ਜਿਹਾ ਅਤੇ ਫਿਰ ਉਹਦਾ ਸਵਾਰ ਕਿਹੋ ਜਿਹਾ ਪਤਾ ਲੱਗ ਜੂਗਾ। ਸੋ ਇਹਦੇ ਵਿੱਚ ਜਿਹੜਾ ਤੂਫਾਨ ਆ ਉਹਦੇ 'ਚ ਜਿਹੜਾ ਵੇਗ ਹੈ ਉਹਦੀ ਗਤੀ ਹੈ ਉਹਦਾ ਮੋਮੈਂਟਮ ਉਹਦੀ ਸਪੀਡ ਉਹ ਜਦੋਂ ਤੁਸੀਂ ਦੇਖੋਗੇ ਸਰਾਬੇ ਨੂੰ ਉਹਦੇ ਵਿੱਚ ਉਹ ਸਾਰੀ ਸਪੀਡ ਹੈ ਕਿ ਕਿੰਨੀ ਛੋਟੀ ਜਿਹੀ ਜ਼ਿੰਦਗੀ ਹੈ ਅਤੇ ਕੀ ਕੁਛ ਕਰ ਗਿਆ। ਅਸੀਂ ਦਿਨਾਂ ਦਾ ਹਿਸਾਬ ਲਾਇਆ ਵੀ ਉਹ ਕਿੰਨੀ ਤਰੀਕ ਨੂੰ ਇਹਨੇ ਹਿੰਦੁਸਤਾਨ 'ਚ ਪੈਰ ਪਾਇਆ ਆ ਕੇ ਅਤੇ ਕਿੰਨੀ ਤਰੀਕ ਨੂੰ ਫੜਿਆ ਗਿਆ। ਉਹ ਦਿਨ ਗਿਣ ਲਓ, ਗਿਣਤੀ ਦੇ ਦਿਨ, ਉਹਨਾਂ ਦਿਨਾਂ 'ਚ ਉਹਨੇ ਜੋ ਕੁਛ ਕੀਤਾ ਇਹ ਕਦੇ ਕਦੇ ਯਕੀਨ ਨਹੀਂ ਆਉਂਦਾ ਵੀ ਐਂ ਕਿਵੇਂ ਹੋ ਗਿਆ। ਵੀ ਬੈਠੇ ਬੈਠੇ ਉਹ ਨਹੀਂ ਪਤਾ ਲੱਗਦਾ ਵੀ ਬੰਗਾਲ ਕਲਕੱਤੇ ਗੇੜਾ ਮਾਰਿਆ ਆ ਬੰਗਾਲੀਆਂ ਨਾਲ ਕੰਟੈਕਟ ਕਰਨ ਵਾਸਤੇ। ਉਹ ਜਦੋਂ ਤਰੀਕਾਂ ਕੱਢੀ ਦੀਆਂ ਵੀ ਇੰਨੀ ਤਰੀਕ ਨੂੰ ਉਹ ਇੱਥੇ ਸੀ ਫਿਰੋਜ਼ਪੁਰ, ਇੰਨੀ ਤਰੀਕ ਨੂੰ ਅੰਮ੍ਰਿਤਸਰ ਸੀ, ਇੰਨੀ ਤਰੀਕ ਨੂੰ ਉਹ ਉੱਥੇ, ਇਹ ਵੀ ਕਲਕੱਤੇ ਵੀ ਜਾ ਆਇਆ। ਸੋ ਜਦੋਂ ਤੈਅ ਕਰ ਲਈ ਉਹਨਾਂ ਨੇ ਗਦਰ ਦੀ ਤਰੀਕ ਤੈਅ ਕਰ ਲਈ 21 ਫਰਵਰੀ, ਉੱਥੋਂ ਇੱਕ ਸੁੱਚਾ ਸਿੰਘ ਸੀ ਉਹਦੇ ਨਾਲ ਨੌਜਵਾਨ, ਉਹ ਤੋਂ ਵੀ 2 ਸਾਲ ਛੋਟਾ, ਖਾਲਸਾ ਸਕੂਲ ਦਾ ਹੀ ਸੀ, ਉਸ ਨੇ ਉਹ ਦੋਵੇਂ ਚੱਲ ਪਏ ਇੱਥੋਂ ਲਾਹੌਰ ਤੋਂ ਚੱਲੇ ਮਥੁਰਾ, ਮਥੁਰੇ ਤੋਂ ਆਗਰਾ, ਸਾਰੀਆਂ ਛਾਉਣੀਆਂ ਦੇ ਵਿੱਚ ਜਾਂਦੇ ਸੀ, ਮਥੁਰੇ ਤੋਂ ਆਗਰਾ, ਆਗਰੇ ਤੋਂ ਬਨਾਰਸ, ਇਲਾਹਾਬਾਦ, ਅਯੁੱਧਿਆ, ਮਤਲਬ ਪਤਾ ਹੀ ਨਹੀਂ ਕਿੰਨੀਆਂ ਛਾਉਣੀਆਂ ਥੋੜ੍ਹੇ ਦਿਨਾਂ ਵਿੱਚ ਗਾ ਕੇ ਮੁੜਿਆ। ਕਈ ਥਾਵਾਂ 'ਤੇ ਤਾਂ ਪਹਿਲਾਂ ਕੰਟੈਕਟ ਹੁੰਦਾ ਸੀ ਫਲਾਣੇ ਬੰਦੇ ਕੋਲ ਚਲੇ ਜਾਇਓ, ਕਈ ਥਾਵਾਂ 'ਤੇ ਉਹ ਕਹਿੰਦੇ, ਸਰਕਾਰ ਨੇ ਲਿਖਿਆ ਰਿਪੋਰਟ ਦੇ ਵਿੱਚ ਵੀ ਕੋਈ ਪਤਾ ਵੀ ਨਹੀਂ, ਜਾਣਦੇ ਹੀ ਨਹੀਂ ਕਿਸੇ ਨੂੰ, ਸਿੱਧੀ ਧੁੱਸ ਦਿੱਤੀ ਬੈਰਕਾਂ 'ਚ ਗਏ, ਉੱਥੇ ਕੋਈ ਸਰਦਾਰ ਦੇਖੇ ਫੌਜੀ ਸਤਿ ਸ਼੍ਰੀ ਅਕਾਲ ਬੁਲਾਈ ਗੱਲ ਸ਼ੁਰੂ ਕਰ ਲਈ। ਹੁਣ ਜਿਹੜੀ ਸਰਾਬੇ ਦੀ ਸ਼ਖਸੀਅਤ 'ਚ ਇਹ ਗੱਲ ਸੀ ਨਾ ਕਿ ਜਿਹਨੂੰ ਮਿਲ ਲੈਂਦਾ ਸੀ ਉਹਨੂੰ ਮਰਨ ਵਾਸਤੇ ਤਿਆਰ ਕਰਨਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਮਰਨ ਵਾਸਤੇ ਜਿੱਥੇ ਸਾਫ਼ ਪਤਾ ਹੈ ਵੀ ਅੱਜ ਜੇ ਸਰਾਬੇ ਦੀ ਕਹੀ ਹੋਈ ਗੱਲ ਮੰਨਦੇ ਹਾਂ ਇਹਦੇ ਨਾਲ ਚੱਲਦੇ ਹਾਂ ਇੱਥੇ ਮੌਤ ਹੋਣੀ ਹੈ, ਇਹ MLA ਦੀ ਟਿਕਟ ਨਹੀਂ ਮਿਲਣੀ। ਸੋ ਉਸ ਗੱਲ ਵਾਸਤੇ ਬੰਦੇ ਨੂੰ ਤਿਆਰ ਕਰਨਾ ਜਿਹਦਾ ਮਤਲਬ ਤੁਹਾਡੇ 'ਚ ਕਿਹੋ ਜਿਹੀ ਸ਼ਕਤੀ, ਉਹ ਸ਼ਖਸੀਅਤ 'ਚ ਕੀ ਹੋ। ਸੋ ਇਤਿਹਾਸ ਲਿਖਣ ਵੇਲੇ ਇਹ ਪ੍ਰੋਬਲਮ ਆਉਂਦੀ ਹੈ, ਅਸੀਂ ਗੱਲਾਂ ਤਾਂ ਦੱਸ ਦਿਆਂਗੇ ਉਹਨੇ ਆਹ ਕੀਤਾ ਆਹ ਕੀਤਾ ਆਹ ਕੀਤਾ, ਉਹਦੇ ਅੰਦਰਲੀ ਉਹ ਊਰਜਾ, ਉਹ ਸ਼ਕਤੀ, ਉਹ ਆਬਾ, ਉਹ ਕਿਵੇਂ ਸ਼ਬਦਾਂ 'ਚ ਕਿਵੇਂ ਬਿਆਨ ਕਰ ਸਕਦਾ। ਉਹ ਤਾਂ ਬਹਿ ਕੇ ਚਿੰਤਨ ਕਰੀ ਚਲੋ, ਸੋਚੀ ਜਾਓ ਉਹਦੇ ਬਾਰੇ, ਬਸ ਉਹ ਸ਼ਬਦਾਂ 'ਚ ਨਹੀਂ ਆ ਸਕਦੀ। ਜਿਹੜਾ ਮੇਰਾ ਇੰਨਾ ਚਿਰ ਲੱਗਿਆ ਲਿਖਣ ਨੂੰ ਉਹ ਇਕੱਲਾ ਤੱਥਾਂ ਦਾ ਰੌਲਾ ਨਹੀਂ ਸੀ। ਸੋ ਮੇਰਾ ਜੀ ਕੀਤਾ ਕਿ ਇਹਦੀ ਇਹਦੇ ਨਾਲ ਪੂਰੀ ਵਫਾ ਹੋਵੇ, ਅਤੇ ਉਹ ਹੋ ਨਹੀਂ ਸਕਦੀ ਹੁੰਦੀ। ਤੁਸੀਂ ਇੱਥੋਂ ਤੱਥ ਇਕੱਠਾ ਕਰ ਲਿਆ, ਉੱਥੋਂ ਦੱਸ ਦਿਓਗੇ ਸਰਾਬੇ ਨੇ ਆਹ ਕੀਤਾ ਆਹ ਕੀਤਾ ਆਹ ਕੀਤਾ, ਉਹ ਸਰਾਬਾ ਕੀ ਸੀ ਉਹ ਤਾਂ ਜਿਹਨੇ ਦੇਖਿਆ, ਜਿਹੜੇ ਨਾਲ ਵਿਚਰੇ ਨੇ ਉਹਨਾਂ ਨੂੰ ਪਤਾ ਹੋ ਸਕਦਾ ਹੈ। ਕਿ ਜਦੋਂ ਬੰਦੇ ਨਾਲ ਉਹ ਗੱਲ ਕਰਦਾ ਹੋਊ, ਜਦੋਂ 2 ਮਿੰਟ 'ਚ ਹੀ ਬੰਦੇ ਨੂੰ ਤਿਆਰ ਕਰਦਾ ਹੋਊ ਤਾਂ ਉਹ ਕੀ ਕਰਦਾ ਹੋਊ ਭਲਾ, ਉਹ ਕਿਹੋ ਜਿਹੀ ਕਾਸ਼ਿਸ਼ ਸੀ ਉਹਦੇ 'ਚ। ਜਿਹੜੀ ਉਹ ਇੱਕ ਉਦਾਹਰਨ ਆਉਂਦੀ ਹੈ ਕਿ ਲੁਧਿਆਣੇ ਤੋਂ ਬੈਠਾ ਟ੍ਰੇਨ ਦੇ ਵਿੱਚ ਜਲੰਧਰ ਤੱਕ, ਡੱਬੇ ਦੇ ਵਿੱਚ ਇੱਕ ਫੌਜੀ ਦੇਖਿਆ ਉਹਦੇ ਕੋਲ ਜਾ ਬੈਠਾ, ਸਰਦਾਰ ਫੌਜੀ ਸੀਗਾ, ਉਹਦੇ ਨਾਲ ਗੱਲਾਂ ਕਰਨ ਲੱਗ ਗਿਆ, ਅਤੇ ਜਲੰਧਰ ਤੱਕ ਜਾਂਦਾ ਜਦੋਂ ਹੱਥ ਮਿਲਾਏ ਉਹਨਾਂ ਨੇ ਤਾਂ ਉਹ ਇਹ ਗੱਲ ਨਿਕਲੀ ਕਿ ਉਹ ਮੀਆਂ ਮੀਰ ਦੀ ਛਾਉਣੀ ਜਿਹੜੀ ਲਾਹੌਰ ਦੀ ਹੈ ਉਹਦਾ ਜਿਹੜਾ ਮੈਗਜ਼ੀਨ ਹੈ ਜਿੱਥੇ ਅਸਲਾ ਖਾਨਾ ਹੈ ਉਹ ਅਸਲੇ ਖਾਨੇ ਦਾ ਇੰਚਾਰਜ ਸੀ, ਉਹਦੀ ਡਿਊਟੀ ਉੱਥੇ ਸੀ, ਉਹ ਚਾਬੀਆਂ ਉਹਦੇ ਕੋਲ ਹੁੰਦੀਆਂ ਸੀ। ਸੋ ਸਰਾਬੇ ਨਾਲ ਹੱਥ ਮਿਲਾਇਆ, ਕਹਿੰਦਾ ਜਿੱਦਾਂ ਲੋੜ ਪਊ ਮੇਰੇ ਕੋਲ ਆਇਓ, ਚਾਬੀਆਂ ਤੁਹਾਡੇ ਸਪੁਰਦ, ਅਤੇ ਜਿਹਦਾ ਨਤੀਜਾ ਪਤਾ ਸੀ ਮੌਤ। ਸੋ ਰਾਹ 'ਚ ਜਾਂਦੇ ਨਹੀਂ ਆਏ ਤਿਆਰ ਕਰ ਲੈਣਾ ਤਾਂ ਉਹ ਕੋਈ ਆਮ ਬੰਦਾ ਥੋੜ੍ਹਾ ਹੋਊਗਾ। ਸੋ ਉਹ ਸ਼ਬਦਾਂ ਰਾਹੀਂ ਨਹੀਂ ਬਿਆਨ ਕੀਤਾ ਜਾ ਸਕਦਾ, ਨਾ ਬੋਲ ਕੇ ਦੱਸਿਆ ਜਾ ਸਕਦਾ। ਸੋ ਇਤਿਹਾਸਕਾਰ ਸਾਹਮਣੇ ਜਦੋਂ ਕਿਸੇ ਇਨਕਲਾਬੀ ਬਾਰੇ ਕੁਛ ਲਿਖਣਾ ਤਾਂ ਉਹਦਾ ਉਹ ਜਜ਼ਬਾ, ਉਹਦੇ ਉਹ ਹਾਵ ਭਾਵ, ਅੱਜ ਤੱਥ ਤਾਂ ਸਾਡੇ ਕੋਲ ਪਏ ਨੇ ਪਰ ਉਹਦਾ ਗੱਲ ਕਰਨ ਦਾ ਅੰਦਾਜ਼, ਉਹ ਕਿਵੇਂ ਕਰਦਾ ਹੋਊ, ਉਹਦੀਆਂ ਉਦੋਂ ਅੱਖਾਂ, ਉਹਦਾ ਚਿਹਰਾ ਵੀ ਉਹ ਕਿਹੋ ਜਿਹਾ ਹੁੰਦਾ ਹੋਊ। ਸੋ ਮੈਂ ਕੋਸ਼ਿਸ਼ ਕੀਤੀ, ਮੈਂ ਜਰਨੈਲ ਸਿੰਘ ਆਰਟਿਸਟ ਨੂੰ ਕਿਹਾ, ਜਿਹੜਾ ਕਿ ਬਹੁਤ ਵੱਡਾ ਆਰਟਿਸਟ ਹੈ, ਮੇਰੀ ਉਹਦੇ ਨਾਲ ਦੋਸਤੀ ਹੈ, ਮੈਂ ਕਿਹਾ ਯਾਰ ਮੈਂ ਸਰਾਬੇ ਬਾਰੇ ਕਿਤਾਬ ਲਿਖ ਰਿਹਾ ਅਤੇ ਉਹਦਾ ਇੱਕ ਚਿੱਤਰ ਬਣਾ ਦੂ, ਜੇ ਬਣਾ ਸਕਦਾ ਜਿਹਦੇ 'ਚ ਉਹਦੇ 'ਚ ਉਹ ਇਨਕਲਾਬੀ ਜੋਸ਼ ਮਗਦਾ ਹੋਵੇ। ਚਲੋ ਉਹਨੇ, ਹਾਲਾਂਕਿ ਬਹੁਤ ਵੱਡਾ ਕਲਾਕਾਰ ਹੈ, ਆਰਟਿਸਟ ਆ, ਉਹਦੇ ਕੋਲ ਸਮਾਂ ਵੀ ਨਹੀਂ ਸੀ, ਪਰ ਉਹਨੇ ਮੇਰੇ ਇੱਕੋ ਬੋਲ 'ਤੇ ਇਹ ਕੰਮ ਸ਼ੁਰੂ ਕੀਤਾ।
एक बनाया मैनू ठीक ना लग्या, फिर दूजा बनाया, मैं चलो उन्हें तो आपका जोर लाता बड़ा सोहना बना भी दिता, पर एक प्रॉब्लम आती है भी हुण मैं उन्हूं किवें दसां भी इहदे च की पा। तो जिहड़े बंदे दा आपदा अनुभव नहीं कदे इस तरह के काम नहीं किते, वह हुण उस नूं किवें चितवे भी वह इहो जिहा होगा, यह दिक्कत आउंदी है। जतन किया चित्रां राही भी शब्दों राही भी बोलों राही भी शराबे नूं दर्शाया जाए डिस्क्राइब किया जाए, पर नहीं, शब्द भी हार जाते हैं तो चित्र तो नेड़े तेड़े भी नहीं पहुँच सकता। सो जिहड़े बंदे इन्हां कम्मां च रहे भाई दलजीत सिंह जी बैठे ने इत्थे, भी जिहड़ा बंदा जिंदगी च कदे मौत नाल खह के नहीं लंघिया उहनूं की पता लगू शराबा की सी। सो ये जिहड़ा इतिहास है जिहड़ा तुसीं खास करके बच्चों नूं मेरी यह हैगी बेनती कि जो पढ़ लिया उही गाहां बोलता, इस तरह ना करो, ये शहीदां नाल जुल्म है इक हिसाब दा। पहले देखो किने लिखिया, किस मनशा नाल लिखिया, किस भावना नाल लिखिया, लियाओ लभो असली गल्लां। आ जिहड़ा सोहण सिंह भाकणा ने कहा भी वह गल्लां लभियां जाण। सो मेरा ख्याल है कि बहुता समा ना लईए, ये गल्लां हुंदियां रहणगियां। मैं सिर्फ किताब बारी थोड़ा डिस्क्राइब करना सी। इक्को गल मैं होर अखीर ते करनी चाहुंना कि यह कहा जांदा है कि करतार सिंह सराभा उच्च विद्या प्राप्त करने लिए अमरीका गया। यह बड़ी चंगी भी लगती है सारिआं नूं, क्योंकि सानूं यह भी उच्च विद्या प्राप्त करनी बहुत वधिया गल है। तो उच्च जिहदी उच्ची विद्या होवे उहदे प्रति सानूं लगदा भी वह बहुत वड्डा बंदा है। तो आम ये सारे लिखा हुआ कि बर्कले यूनीवर्सिटी के पढ़िया, हुण उही समस्या सानूं उत्थे फिर आ गई। पहली गल तो इत्थे बोल के गए कि जनवरी 1912 च गया, जनवरी 1912 च नहीं गया, वह जुलाई 1912 च उत्थे पहुंचिया। जुलाई च जाके सानू ये सी भी उन्हें हो सकता जिहड़ा वो समैस्टर है 12 दा दूजा समैस्टर उहदे च दाखला लिया होना जाके बर्कले यूनीवर्सिटी च। पर उदों बाद बाबा ज्वाला सिंह दी डायरी च नोट है कि दसंबर च मैं अस्टोरिया गया, उत्थे करतार सिंह सराभा एक मिल च काम करदा सी, रात असीं उहनां कोले ठहरे, नाल उहदे पिंड दे रुलिया सिंह ते अर्जन सिंह सी। वो कहिंदा भी वह पढ़न वास्ते आया सी पर उन्हें जे दाखला नहीं लिया सी, जिहदा मतलब उन्हें उस समैस्टर दा दाखला नहीं लिया। सो वह कहिंदा भी असीं उन्हूं फिर कहा भी तू हुण जा तू पढ़ बाकी काम असीं कर लांगे। तो जनवरी दे विच दूजा समैस्टर शुरू होना सीगा बर्कले यूनीवर्सिटी का। जदों असीं फिर वो तत्थ देखण लगे, वह फिर उहदा भी उह तां जुलो काउंटी च फिरदा है, उन्हें दाखला किहड़े वेले लै लिया। उदू बाद पार्टी बन गई, पार्टी च तो सरगर्म हो गया, पेपर कढ़न लग गया भी दाखला किहड़े वेले कित्थे लै लिया। अल्टीमेटली असीं यूनीवर्सिटियां यूनीवर्सिटी कोले पहुंचे, उन्होंने कहा भी साडा बंदे दा ना एक पता करके दिओ किहड़े साल किहड़े सबजैक्ट च उन्हें दाखला लिया। उन्होंने सारा रिकॉर्ड फरोलता, 1912 का भी 13 का भी, कहिंदे कहों तां 14 का भी फरोल दिंदे आ। वो कहिंदे इस नाउं दा बंदा साडे कदे भी दाखल होया नहीं इत्थे, क्योंकि सानू भी लगता सी। हुण जिहड़े बंदे ये कहिंदे ने कुछ विद्या प्राप्त करन लई गया, जे यूनीवर्सिटी च नूं दाखल नहीं कराउंदे तां वह गल नहीं बनदी। सो मेरी समझ यह बनी कि वह कोई उच्च विद्या प्राप्त ये सानू लगता हुंदा है, हो सकता उहदा सुचेत मन जिहड़ा है वह यही सोच के गया होए कि मैं इंजीनियरिंग करनी है। मेरा सुचेत मन भी यही सोच के इंजीनियरिंग कॉलेज मैं दाखला लिया सी, पर जिंदगी दे फैसले हमेशा तुहाडे सुचेत मन ने नहीं करने होंदे, कितों होर लिखे होंदे ने, वह राह कितों होर लिखे पए होंदे ने किने की करना ते किधर जाना। सो मेरा ख्याल है कि सराभा ने जिस राह पैना सी वह एक वक्खरा राह सी, उहदे वास्ते अमरीका पहुँचना जरूरी सी। बस अमरीका पहुँचया जाके ठीक बंदियां दे संपर्क च आ गया,
ਅਤੇ ਜਿਹੜਾ ਇਹ ਕਿਹਾ ਇੱਥੇ ਪਹਿਲਾਂ ਜਿਹੜਾ ਆਪਣਾ ਵਿਦਿਆਰਥੀ ਨੌਜਵਾਨ ਬੋਲ ਕੇ ਗਿਆ ਕਿ ਕੈਲੀਫੋਰਨੀਆ ਵਾਲੇ ਬਾਅਦ 'ਚ ਪਾਰਟੀ 'ਚ ਸ਼ਾਮਿਲ ਹੋਏ, ਉਹ ਉਹੀ ਆ ਜਿਹੜਾ ਸੋਹਣ ਸਿੰਘ ਭਾਕਨਾ ਨੇ ਜਿਹੜਾ ਲਿਖਿਆ ਵੀ ਇਤਿਹਾਸ ਕਿਵੇਂ ਵਿਗਾੜਿਆ ਗਿਆ। ਇਹ ਮੋਢੀ ਸੀ, ਕੈਲੀਫੋਰਨੀਆ ਵਾਲੇ ਮੋਢੀ ਸੀਗੇ ਸਾਰੇ ਕੁਛ ਦੇ। ਬਾਬਿਆਂ ਨੇ ਜਾ ਕੇ ਗੁਰਦੁਆਰਾ ਸਟਾਕਟਨ ਦਾ ਸਭ ਤੋਂ ਪਹਿਲਾਂ ਸ਼ੁਰੂ ਕਰ ਲਿਆ ਸੀ, ਇਹਨਾਂ ਨੇ ਸੋਝੀ ਫੈਲਾਈ। ਚਲੋ, ਸੋ ਸਰਾਭੇ ਨੇ ਬਰਕਲੇ ਯੂਨੀਵਰਸਿਟੀ 'ਚ ਦਾਖਲਾ ਨਹੀਂ ਲਿਆ, ਇਹਦੇ ਨਾਲ ਉਹ ਛੋਟਾ ਨਹੀਂ ਬਣ ਜਾਂਦਾ। ਜੇ ਉਹ ਇੰਜੀਨੀਅਰਿੰਗ ਕਰ ਵੀ ਜਾਂਦਾ 3400 ਬੰਦੇ ਇੰਜੀਨੀਅਰਿੰਗ ਕਰੀ ਫਿਰਦੇ ਨੇ, ਇਹ ਕੋਈ ਵੱਡੀ ਗੱਲ ਨਹੀਂ ਸੀ। ਜੋ ਉਹਨੇ ਕੀਤਾ ਉਹ ਹਰ ਇੱਕ ਤੋਂ ਨਹੀਂ ਹੁੰਦਾ। ਸੋ ਸੁਚੇਤ ਮਨ ਨੇ ਸ਼ਾਇਦ ਉਹਨੂੰ ਉੱਧਰ ਨੂੰ ਤੋਰਿਆ ਹੋਵੇ, ਪਰ ਉਹ ਐਕਚੁਅਲੀ ਉਹਨੇ ਕਿਤੇ ਹੋਰ ਪਹੁੰਚਣਾ ਸੀ, ਅਤੇ ਉੱਥੇ ਜਾਂਦੇ ਹੀ ਉਹਨੇ ਫੈਸਲਾ ਕਰ ਲਿਆ ਸੀ ਕਿ ਨਹੀਂ ਪੜ੍ਹਨਾ, ਅਤੇ ਆਪਦੇ ਕੰਮ 'ਚ ਜੁੱਟ ਗਿਆ। ਫਿਰ ਜਿਸ ਲਗਨ ਨਾਲ ਜੁਟਿਆ ਉਹ, ਜਿਸ ਸਪੀਡ ਨਾਲ ਜੁਟਿਆ, ਜਿਵੇਂ ਉਹਨੇ ਕੰਮ ਕੀਤਾ, ਇਹ ਹੈਰਾਨੀ ਵਾਲੀ ਗੱਲ ਹੀ ਹੈ। ਹਵਾਈ ਜਹਾਜ਼ ਸਿੱਖਣ ਦਾ ਫੈਸਲਾ ਹੋਇਆ, ਇਹ ਤਾਂ ਅਸੀਂ ਪੜ੍ਹ ਲਿਆ ਵੀ ਉੱਥੇ ਫੈਸਲਾ ਹੋਇਆ ਅਤੇ ਉਹ ਚਲਿਆ ਗਿਆ ਨਿਊਯਾਰਕ ਜਹਾਜ਼ ਸਿੱਖਣ। ਪਰ ਡੇਢ ਮਹੀਨੇ ਬਾਅਦ ਹੀ ਮਤਲਬ ਜ਼ਿਕਰ ਆ ਰਿਹਾ ਵੀ ਉਹ ਤਾਂ ਉੱਥੇ ਵਾਪਸ ਸੈਨ ਫਰਾਂਸਿਸਕੋ 'ਚ, ਜਿਹਦਾ ਮਤਲਬ ਉਹਨੇ 5 ਕੁ ਹਫ਼ਤਿਆਂ 'ਚ ਹਵਾਈ ਜਹਾਜ਼ ਚਲਾਉਣਾ ਸਿੱਖ ਲਿਆ। ਹੁਣ ਤੁਸੀਂ ਦੇਖੋ ਵੀ ਇੱਕ ਬਿਲਕੁਲ ਹੀ, ਉਦੋਂ ਉਹਦੀ ਉਮਰ 16.5-17 ਸਾਲ ਸੀ, ਵੀ ਇੰਨੇ ਥੋੜ੍ਹੇ। ਜਿਹੜਾ ਮੈਂ ਤੂਫਾਨਾਂ ਦਾ ਸ਼ਾਹ ਸਵਾਰ ਕਿਹਾ, ਉਹ 5 ਸਾਲ ਨਹੀਂ ਲਾਊਗਾ ਜਹਾਜ਼ ਸਿੱਖਣ ਨੂੰ। ਜਿਹੜੇ ਆਮ ਬੰਦੇ ਨੇ ਜਿਹੜੇ ਕੰਮ ਇੰਨੇ ਸਾਲਾਂ 'ਚ ਸਿੱਖਣੇ ਨੇ, ਉਹਨੇ ਉਹ ਦਿਨਾਂ 'ਚ ਸਿੱਖਣੇ ਨੇ। ਉਦੋਂ ਕਿਉਂਕਿ ਇਤਿਹਾਸ ਨੇ ਉਦੋਂ ਪੈਂਡਾ ਜਿਹੜਾ ਸਦੀਆਂ ਦਾ ਉਹ ਸਾਲਾਂ 'ਚ ਤੈਅ ਕਰਨਾ ਹੁੰਦਾ, ਅਤੇ ਉਸ ਇਤਿਹਾਸ ਦੇ ਨਾਲ ਤੁਰਨ ਵਾਲਾ ਬੰਦਾ ਵੀ ਉਨੀ ਰਵਾਨਗੀ ਚਾਹੀਦੀ ਹੈ ਉਹਦੇ 'ਚ। ਸੋ ਇਹ ਜਿਹੜੀ ਗੱਲ ਹੈ ਕਿ ਜਿਹੜਾ ਵੀ ਤੁਸੀਂ ਫੈਸਲਾ ਸੋਚ ਕੇ ਕੀ ਕਰਦੇ ਹੋ, ਉਹ ਅੱਜ ਵੀ ਜਿਹੜਾ ਇੱਥੇ ਪ੍ਰੋਗਰਾਮ ਦਾ ਸਾਡਾ ਇਤਫਾਕ ਬਣਿਆ ਕਿਤਾਬ ਇੱਥੇ ਰਿਲੀਜ਼ ਕਰਨ ਦਾ, ਉਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਅਸੀਂ ਇਹ ਸੋਚਿਆ ਸੀ ਕਿਤਾਬ ਕਿੱਥੇ ਰਿਲੀਜ਼ ਹੋਵੇ, ਇੱਕ ਵਾਰ ਮਨ 'ਚ ਆਇਆ ਸੀ ਕਿ ਸਰਾਭੇ ਪਿੰਡ 'ਚ ਹੀ ਕਰੀਏ, ਪਰ ਫਿਰ ਮਨ 'ਤੇ ਇੱਕ ਵਿਚਾਰ ਭਾਰੂ ਹੋ ਗਿਆ ਕਿ ਨਹੀਂ, ਇਹਨੂੰ ਉੱਥੇ ਕਰੀਏ ਜਿੱਥੇ ਬੰਦੇ ਸਿਧਾਂਤਕ ਤੌਰ 'ਤੇ ਥੋੜ੍ਹੇ ਵੱਧ ਮਚਿਓਰ ਹੋਣ। ਉਹ ਸਾਨੂੰ ਲੱਗਿਆ ਪੰਜਾਬੀ ਯੂਨੀਵਰਸਿਟੀ 'ਚ, ਵੀ ਜਿੱਥੇ ਯੂਨੀਵਰਸਿਟੀ ਦੇ ਵਿਦਿਆਰਥੀ ਅਧਿਆਪਕ ਜਾਂ ਹੋਰ ਜਿਨ੍ਹਾਂ ਨੂੰ ਪਤਾ ਇਹਨਾਂ ਗੱਲਾਂ ਦਾ, ਉੱਥੇ ਜਾ ਕੇ ਆਪਾਂ ਇਹ ਗੱਲ ਕਰੀਏ, ਉੱਥੇ ਕਿਤਾਬ ਜਾ ਕੇ ਰਿਲੀਜ਼ ਕਰੀਏ। ਸੋ ਸਾਡਾ ਤਾਂ ਫੈਸਲਾ ਇਹ ਸੀ, ਸੁਚੇਤ ਮਨ ਨੇ ਤਾਂ ਇਹ ਫੈਸਲਾ ਕੀਤਾ ਸੀ। ਬਾਅਦ 'ਚ ਰਾਹੀ ਦਾ ਫੋਨ ਆਇਆ, ਕਹਿੰਦਾ ਵੀ ਸਰਾਭੇ ਵਾਲੇ ਤਾਂ ਇਸ ਗੱਲ ਦੇ ਉੱਤੇ ਨਾਰਾਜ਼ ਨੇ, ਉਹਨਾਂ 'ਚ ਬਹੁਤ ਇੱਛਾ ਸੀ ਵੀ ਸਾਡੇ ਇੱਥੇ ਆ ਕੇ ਰਿਲੀਜ਼ ਹੋਵੇ, ਕਿਉਂਕਿ ਮਾਣ ਹੈ ਇਹਨਾਂ ਨੂੰ ਸਰਾਭੇ ਆਪਣੇ ਸ਼ਹੀਦ 'ਤੇ, ਪਿਆਰ ਹੈ ਉਹਦੇ ਨਾਲ, ਲਗਾਅ ਹੈ। ਸੋ ਜਜ਼ਬਾ ਵਿਚਾਰਾਂ 'ਤੇ ਕਿਵੇਂ ਭਾਰੂ ਹੋ ਜਾਂਦਾ ਹੈ, ਅਸੀਂ ਕਈ ਵਾਰ ਵਿਚਾਰਾਂ ਨੂੰ ਬਹੁਤ ਵੱਡੀ ਗੱਲ ਸਮਝ ਲੈਂਦੇ ਹਾਂ ਕਿ ਵਿਚਾਰ ਹੀ ਸਭ ਕੁਛ ਕਰ ਦਿੰਦੇ ਆ, ਬਸ ਵਿਚਾਰ ਹਾਰ ਮੰਨ ਜਾਂਦੇ ਹਨ ਜਜ਼ਬੇ ਸਾਹਮਣੇ, ਅਸੀਂ ਮੰਨ ਲਈ। ਜਦੋਂ ਇਹਨੇ ਫੋਨ ਕੀਤਾ ਮੈਨੂੰ ਇੱਕਦਮ ਗਲਤੀ ਲੱਗੀ ਆਪਦੀ, ਵੀ ਸਾਥੋਂ ਤਾਂ ਬਹੁਤ ਵੱਡੀ ਕੁਤਾਹੀ ਹੋ ਗਈ ਸੀ। ਉਹਨਾਂ ਦੀ ਇੰਨੀ ਨੇਕ ਭਾਵਨਾ, ਇੰਨੀ ਸੁੱਚੀ ਭਾਵਨਾ ਪਿੰਡ ਵਾਲਿਆਂ ਦੀ, ਅਤੇ ਉਹ ਤਾਂ ਬੜੀ ਠੀਕ ਹੈ ਗੱਲ, ਅਸੀਂ ਤਾਂ ਗਲਤੀ ਕਰ ਲਈ ਸੀਗੀ ਸਿਰਫ ਇਹ ਸੋਚ ਕੇ ਵੀ ਉੱਥੇ ਵੱਧ ਵਿਚਾਰ ਜਾਣਨ ਵਾਲੇ ਬੰਦੇ। ਫਿਰ ਗੋਲੀ ਮਾਰੋ ਇਹੋ ਜਿਹੇ ਵਿਚਾਰਾਂ ਨੂੰ, ਗੱਲ ਭਾਵਨਾ ਦੀ ਹੈ, ਭਾਵਨਾ ਅਤੇ ਸੁੱਚੀ ਭਾਵਨਾ ਦਾ ਵਿਚਾਰਾਂ ਨਾਲ ਕੋਈ ਮੁਕਾਬਲਾ ਹੀ ਨਹੀਂ। ਸੋ ਆਹ ਤੁਸੀਂ ਦੇਖੋ, ਮਤਲਬ ਅਸੀਂ ਸੋਚਿਆ ਕੀ ਸੀ, ਹੋਇਆ ਕੀ, ਅਤੇ ਠੀਕ ਹੋਇਆ, ਇਵੇਂ ਸਰਾਭੇ ਦਾ ਹੋਇਆ। ਉਹ ਕੀ ਸੋਚ ਕੇ ਗਿਆ ਸੀ, ਛੱਡੋ, ਐਕਚੁਅਲੀ ਕੀ ਵਾਪਰਿਆ, ਇਹ ਇਸ ਤਰ੍ਹਾਂ ਹੀ ਵਾਪਰ। ਸੋ ਅੱਜ ਮੇਰਾ ਖਿਆਲ ਆਪਾਂ ਇੰਨੀਆਂ ਕੀ ਵਿਚਾਰਾਂ ਅਤੇ ਸਮਾਪਤ ਕਰੀਏ, ਗੱਲ ਤਾਂ ਇਹ ਜਿੰਨੀ ਮਰਜ਼ੀ ਲੰਬੀ ਕਰੀ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Thank you.